ਕਜੀ ਮੇਖਰੋ ਜਸ ਪੰਜਾਬੀ ਮੈਂ ਹਾਂ ਤੁਹਾਡੇ ਨਾਲ ਹਰਕੀਰਤ ਸਿੰਘ ਆਲੂਵਾਲੀਆ ਨਾਰਥ ਅਮਰੀਕਾ ਦੇ ਵਿੱਚ ਵਸਦੇ ਸਾਰੇ ਦਰਸ਼ਕਾਂ ਨੂੰ ਪਿਆਰ ਅਤੇ ਅਦਬ ਸਹਿਤ ਸਤਿ ਸ੍ਰੀ ਅਕਾਲ ਲੈ ਕੇ ਹਾਜ਼ਰਾਂ ਜੀ ਤੁਹਾਡਾ ਹਰਮਨ ਪੈਰਾ ਪ੍ਰੋਗਰਾਮ ਅੱਜ ਦਾ ਮੁੱਦਾ ਔਰ ਇਸ ਪ੍ਰੋਗਰਾਮ ਦੇ ਉੱਤੇ ਅਸੀਂ ਰੋਜ਼ਾਨਾ ਉਹਨਾਂ ਸਾਰੇ ਇਸ਼ੂਜ਼ ਦੀ ਗੱਲ ਕਰਦੇ ਹਾਂ ਔਰ ਕੋਸ਼ਿਸ਼ ਕਰਦੇ ਹਾਂ ਤੁਹਾਡੇ ਸਾਹਮਣੇ ਕਿ ਜਿਹੜੀ ਇੱਕ ਰੋਡ ਮੈਪ ਬਣਾਉਣ ਦੀ ਤਜ਼ਵੀਜ਼ ਤੁਸੀਂ ਰੱਖਦੇ ਹੋ ਉਹਨੂੰ ਹੁਣ ਅਸੀਂ ਕਿਸ ਤਰੀਕੇ ਨਾਲ ਅੱਗੇ ਲੈ ਕੇ ਜਾਈਏ ਤੇ ਜਿਵੇਂ ਕਿ ਅਸੀਂ ਤੁਹਾਨੂੰ ਦੱਸਦਾ ਹੀ ਏ ਕਿ ਪਿਛਲੇ 25 ਦਿਨਾਂ ਤੋਂ ਅਸੀਂ ਜਸ ਕ੍ਰਾਸ ਕੰਟਰੀ ਰੋਡ ਟ੍ਰਿਪ 2019 ਦੇ ਤਹਿਤ ਵੱਖ-ਵੱਖ ਸਿਟੀਜ਼ ਦੇ ਵਿੱਚ ਗਏ ਹੁਣ ਸਾਡਾ ਕਾਰਵਾ ਜਿਹੜਾ ਹੈਗਾ ਉਹ ਨਿਊਯਾਰਕ ਦੇ ਵਿੱਚ ਆ ਚੁੱਕਿਆ ਹੈ ਤੇ ਲਾਈਵ ਹੁਣ ਤੁਹਾਡੇ ਸਾਹਮਣੇ ਅਸੀਂ ਨਿਊਯਾਰਕ ਤੋਂ ਇਹ ਪ੍ਰੋਗਰਾਮ ਕਰ ਰਹੇ ਹਾਂ ਜਿੱਥੇ 25 ਸਿਟੀਜ਼ ਤੋਂ ਬਾਅਦ ਅਸੀਂ 20 ਸ਼ਹਿਰਾਂ ਦੇ ਉੱਤੇ ਜਾ ਕੇ ਸ਼ਿਰਕਤ ਕੀਤੀ ਵੱਖ-ਵੱਖ ਸ਼ਹਿਰਾਂ ਦੇ ਵਿੱਚ ਜਾ ਕੇ ਅਸੀਂ ਤਮਾਮ ਲੋਕਾਂ ਨਾਲ ਗੱਲਾਂ ਬਾਤਾਂ ਕੀਤੀਆਂ ਉਹਨਾਂ ਦੇ ਮਸਲੇ ਜਿਹੜੇ ਨੇ ਉਹਨਾਂ ਦੇ ਉੱਤੇ ਵਿਚਾਰ ਕੀਤਾ ਭਾਵੇਂ ਉਹ ਮਸਲਾ ਸਮਾਜਿਕ ਸੀਗਾ ਧਾਰਮਿਕ ਸੀਗਾ ਭਾਵੇਂ ਉਹ ਮਸਲਾ ਕਿਸੇ ਵੀ ਇਸ਼ੂ ਦੇ ਨਾਲ ਸੰਬੰਧਿਤ ਸੀਗਾ ਲੇਕਿਨ ਕੋਸ਼ਿਸ਼ ਸੀਗੀ ਸਾਡੀ ਕਿ ਉਹਨਾਂ ਸਾਰੇ ਮਸਲਿਆਂ ਦੇ ਉੱਤੇ ਵਿਚਾਰ ਵਟਾਂਦਰਾ ਕੀਤਾ ਜਾ ਸਕੇ ਤੇ ਤੁਹਾਨੂੰ ਦੱਸ ਦਈਏ ਕਿ ਸਾਡਾ ਜਿਹੜਾ ਕਾਰਵਾ ਸੀਗਾ ਉਹ 22 ਤਰੀਕ ਤੋਂ ਸ਼ੁਰੂ ਹੋਇਆ ਸੀਗਾ ਜੋ ਕਿ 16 ਨਵੰਬਰ ਤੱਕ ਜਿਹੜਾ ਹੈਗਾ 22 ਅਕਤੂਬਰ ਤੋਂ ਲੈ ਕੇ 16 ਨਵੰਬਰ ਤੱਕ ਸਾਡਾ ਜਿਹੜਾ ਕਾਰਵਾ ਸੀਗਾ ਉਹ ਵੱਖ-ਵੱਖ ਸਿਟੀਜ਼ ਦੇ ਵਿੱਚ ਜਾ ਕੇ ਵੱਖ-ਵੱਖ ਮੁੱਦਿਆਂ ਦੇ ਉੱਤੇ ਗੱਲ ਕਰਦਾ ਸੀਗਾ ਜੇਕਰ ਮੈਂ ਇਸ ਰੋਡ ਟ੍ਰਿਪ ਦੀ ਗੱਲ ਕਰਾਂ ਤੇ ਵੱਖ-ਵੱਖ ਜਤ ਸ਼ਹਿਰਾਂ ਦੇ ਵਿੱਚ ਅਸੀਂ ਗਏ ਤਾਂ ਸਾਨੂੰ ਬਹੁਤ ਕੁਝ ਸਿੱਖਣ ਨੂੰ ਵੀ ਮਿਲਿਆ ਔਰ ਸਾਨੂੰ ਜਿਹੜਾ ਪਿਆਰ ਤੁਸੀਂ ਦਿੱਤਾ ਕਮਿਊਨਿਟੀ ਨੇ ਜਿਹੜਾ ਇੱਕ ਸਪਿਰਿਟ ਦਿਖਾਈ ਉਹ ਸਾਨੂੰ ਬਹੁਤ ਹੀ ਸੋਹਣੀ ਵੀ ਲੱਗੀ ਅਸੀਂ ਉਹਨਾਂ ਨੂੰ ਆਪਣੇ ਸ਼ਬਦਾਂ ਦੇ ਵਿੱਚ ਬਿਆਨ ਨਹੀਂ ਕਰ ਸਕਦੇ ਜਿਸ ਤਰੀਕੇ ਦਾ ਪਿਆਰ ਤੁਸੀਂ ਸਾਨੂੰ ਵਿਖਾਇਆ ਆ ਕੁਝ ਚਲਕੀਆਂ ਮੈਂ ਤੁਹਾਨੂੰ ਵਿਖਾਉਣਾ ਚਾਹੁੰਦਾ ਸਾਡੇ ਟ੍ਰਿਪ ਦੀਆਂ ਜੋ ਕਿ ਰਹੀਆਂ ਇਹ ਜਿਹੜੀ ਕਲਿੱਪ ਮੈਂ ਤੁਹਾਨੂੰ ਵਿਖਾਣ ਜਾ ਰਿਹਾ ਆ ਇਹ ਸਿਰਫ ਇੱਕ ਹਾਫ ਕਲਿੱਪ ਹੈ ਜਿਹੜੀ ਫੁੱਲ ਕਲਿੱਪ ਉਹ ਅਜੇ ਆਣੀ ਬਾਕੀ ਹੈਗੀ ਹੈ ਫਿਰ ਵੀ ਮੈਂ ਤੁਹਾਨੂੰ ਦੱਸ ਦਵਾ ਕਿ ਸਾਡਾ ਜਿਹੜਾ ਇਹ ਕਾਰਵਾ ਸੀਗਾ ਉਹ 22 ਤਰੀਕ ਤੋਂ ਸਿਨਸਿਨਿਟੀ ohio ਹੁੰਦਾ ਹੋਇਆ ਸ਼ਿਕਾਗੋ ਪਹੁੰਚਿਆ ਸ਼ਿਕਾਗੋ ਤੋਂ ਬਾਅਦ ਅਸੀਂ ਪਹੁੰਚੇ ਡਿਮੋਇਨਸ ਡਿਮੋਇਨਸ ਤੋਂ ਬਾਅਦ ਅਸੀਂ ਪਹੁੰਚੇ ਕੈਂਸਸ ਕੈਂਸਸ ਤੋਂ ਬਾਅਦ ਅਸੀਂ ਪਹੁੰਚੇ ਡੈਨਵਰ ਕੋਲੋਰادو ਡੈਨਵਰ ਕੋਲੋਰادو ਤੋਂ ਬਾਅਦ ਅਸੀਂ ਪਹੁੰਚੇ ਯੂਟਾ ਯੂਟਾ ਅਸੀਂ ਪ੍ਰੋਗਰਾਮ ਨਹੀਂ ਕਰ पाए ਕਿਉਂਕਿ ਵਿంటర్ ਬਹੁਤ ਉੱਥੇ ਸਰਦੀ ਵੀ ਸੀਗੀ ਤੇ ਨਾਲੇ ਬਹੁਤ ਜ਼ਿਆਦਾ ਮੌਸਮ ਵੀ ਜਿਹੜਾ ਖਰਾਬ ਸੀਗਾ ਲੇਕਿਨ ਅਸੀਂ ਉਸ ਤੋਂ ਬਾਅਦ ਰੀਨੋ ਪਹੁੰਚੇ ਰੀਨੋ ਤੋਂ ਬਾਅਦ ਅਸੀਂ ਪਹੁੰਚੇ ਸੈਕਰਮੈਂਟੋ ਸੈਕਰਮੈਂਟੋ ਤੋਂ ਬਾਅਦ ਅਸੀਂ ਯੂਬਾ ਸਿਟੀ ਦਾ ਜਿਹੜਾ ਨਗਰ ਕੀਰਤਨ ਹੈ ਉਹ ਬਕਾਇਦਾ ਤੌਰ ਦੇ ਉੱਤੇ ਪੂਰਾ ਕਵਰ ਕੀਤਾ ਉਸ ਤੋਂ ਬਾਅਦ ਅਸੀਂ ਬੇਰੀਆ ਬੇਰੀਆ ਤੋਂ ਬਾਅਦ ਫਰੈਜ਼ਨੋ ਫਰੈਜ਼ਨੋ ਤੋਂ ਬਾਅਦ ਅਸੀਂ ਪਹੁੰਚੇ ਬੇਕਰਸਫੀਲਡ ਬੇਕਰਸਫੀਲਡ ਤੋਂ ਬਾਅਦ ਅਸੀਂ ਪਹੁੰਚੇ ਐਲ ਏ ਅਲੇ ਤੋਂ ਬਾਅਦ ਅਸੀਂ ਪਹੁੰਚੇ ਫੀਨਿਕਸ Arizona Arizona ਤੋਂ ਬਾਅਦ ਅਸੀਂ ਪਹੁੰਚੇ ਮਿਸਿਸਿਪੀ Mississippi ਤੋਂ ਬਾਅਦ ਅਸੀਂ ਪਹੁੰਚੇ ਟੈਕਸਸ ਜਿੱਥੇ ਅਸੀਂ ਹਿਊਸਟਨ ਡੈਲਸ ਵਿਖੇ ਪ੍ਰੋਗਰਾਮ ਕੀਤੇ ਉਸ ਤੋਂ ਬਾਅਦ ਅਸੀਂ ਮੈਂ ਮਾਫੀ ਚਾਹਾਂਗਾ ਹਿਊਸਟਨ ਟੈਕਸਸ ਤੋਂ ਬਾਅਦ ਅਸੀਂ ਪਹੁੰਚੇ ਮਿਸਿਸਿਪੀ Mississippi ਤੋਂ ਬਾਅਦ ਅਸੀਂ ਪਹੁੰਚੇ ਸਾਊਥ ਕੈਰੋਲਿਨਾ South Carolina ਤੋਂ ਬਾਅਦ ਸਾਡਾ ਕਾਰਵਾ ਜਿਹੜਾ ਹੈਗਾ ਵਾਪਸ ਮੁੜ ਤੋਂ ਨਿਊਯਾਰਕ ਆਇਆ ਸੋ ਨਾ ਵੱਖ-ਵੱਖ ਸਿਟੀਜ਼ ਦੇ ਵਿੱਚ ਅਸੀਂ ਪ੍ਰੋਗਰਾਮ ਕਰਕੇ ਲੋਕਾਂ ਦਾ ਜਿਹੜਾ ਇੱਕ ਵਿਸ਼ਵਾਸ ਪਿਛਲੇ 12 ਸਾਲਾਂ ਤੋਂ ਜਸ ਪੰਜਾਬੀ ਪ੍ਰਤੀ ਵਿਖਣ ਨੂੰ ਮਿਲਿਆ ਔਰ ਕਈ ਸਾਰੇ ਜਿਹੜੇ ਮਸਲੇ ਸੀਗੇ ਹਰ ਸ਼ਹਿਰ ਦੇ ਆਪਣੇ ਮਸਲੇ ਸੀਗੇ ਜਦ ਤੁਸੀਂ ਯੂਐਸਏ ਦੀ ਧਰਤੀ ਦੇ ਉੱਤੇ ਟੂਰ ਕਰਦੇ ਹੋ ਔਰ ਤੁਸੀਂ ਆਪਣੇ ਭਾਈਚਾਰੇ ਦੇ ਕੋਲ ਜਾਂਦੇ ਹੋ ਕਿਉਂਕਿ ਸਾਨੂੰ ਪਤਾ ਤੁਸੀਂ ਸਾਡੇ ਕੋਲ ਨਿਊਯਾਰਕ ਨਹੀਂ ਆ ਸਕਦੇ ਲੇਕਿਨ ਅਸੀਂ ਖੁਦ ਤੁਹਾਡੇ ਕੋਲ ਚੱਲ ਕੇ ਆਏ ਸੀਗੇ ਔਰ ਤੁਸੀਂ ਸਾਨੂੰ ਬਹੁਤ ਪਿਆਰ ਦੇ ਕੇ ਵਾਪਸ ਨਿਊਯਾਰਕ ਭੇਜਿਆ ਮੈਂ ਕੁਝ ਚਲ ਗਈਆਂ ਤੁਹਾਨੂੰ ਬੇ ਏਰੀਆ ਤੱਕ ਦਾ ਜਿਹੜੀ ਸਾਡੇ ਕੋਲ ਸਮਰੀ ਹੈਗੀ ਉਹ ਮੈਂ ਤੁਹਾਨੂੰ ਵਿਖਾਉਣਾ ਚਾਹੁੰਦਾ ਕਿਸ ਤਰੀਕੇ ਦਾ ਮਾਹੌਲ ਸ਼ੁਰੂ ਹੋਇਆ ਸੀਗਾ ਔਰ ਹਾਫ ਜਿਹੜੀ ਇਹ ਕਲਿੱਪ ਹੈ ਕਿਸ ਤਰੀਕੇ ਨਾਲ ਉਹ ਸਾਰੀ ਗੱਲਾਂ ਨੂੰ ਮੈਮੋਰਾਇਜ਼ ਕਰ ਰਹੀ ਹੈ ਆਓ ਦੇਖਦੇ ਹਾਂ ਇੱਕ ਵਾਰੀ ਜਸ ਕ੍ਰਾਸ ਕੰਟਰੀ ਰੋਡ ਟ੍ਰਿਪ 2019 1 ਅਕਤੂਬਰ ਤੋਂ 17 ਨਵੰਬਰ ਤੱਕ 20 ਤੋਂ ਵੀ ਵੱਧ ਸਿਟੀਜ਼ ਪਹਿਲਾ ਦਿਨ ਸਾਡਾ ਸਿਲਸਿਨਾਟੀ ਵਿਕੇ ਮੈਂ ਇਹ ਹੀ ਕਹੂੰਗਾ ਵੀ ਇਸ ਗੁੱਡ ਓਪਰਚੁਨਿਟੀ ਜਿਹੜਾ ਤੁਹਾਡੇ ਪਿੰਡ ਅਡਾਪਟ ਕਰਨ ਵਾਲੀ ਗੱਲ ਇਹਦਾ ਮੈਸੇਜ ਬਹੁਤ ਦੂਰ ਤੱਕ ਨਹੀਂ ਗਿਆ ਕੋਈ ਪੈਸਾ ਨਹੀਂ ਇਕੱਠਾ ਕਰੀਦਾ ਕੋਈ ਪੈਸਾ ਮੰਗੀਦਾ ਨਹੀਂ ਡਾਊਨ ਟੂ ਅਰਥ ਹੋਣਾ ਉਹ ਚੀਜ਼ ਕਰਦੀ ਜਾ ਰਹੀ ਹੈ ਕੀ ਕੁਝ ਫਿਊਚਰ ਪ੍ਰੋਜੈਕਸ਼ਨ ਮਿਡ-वेस्ट ਸਿੱਖ ਕਦਵਾਰਾ ਸਾਹਿਬ ਦੇ ਕਿ ਅਸੀਂ ਅੱਜ ਗੁਰੂ ਸਾਹਿਬ ਦੀਆਂ ਸਿੱਖਿਆਵਾਂ ਨੂੰ ਘਰ-ਘਰ ਪਹੁੰਚਾਈਏ ਤੁਸੀਂ ਫੇਰ ਚੱਲੋ ਕਿ ਸਦਾ ਹੱਕ ਨਾ ਰੱਖੋ ਅੱਜ ਕਰਤਾਰਪੁਰ ਕੋਰੀਡੋਰ ਦੇ ਨਾਂ ਦੇ ਉੱਤੇ ਇਤਿਹਾਸਕ ਪੱਧਰ ਦੇ ਉੱਤੇ ਰਾਜਨੀਤੀ ਬੜੇ ਵੱਡੇ ਪੱਧਰ ਦੇ ਉੱਤੇ ਚੱਲ ਰਹੀ ਹੈ ਇਹ ਇੱਕ ਬੜੀ ਵੱਡੀ ਜਿੱਤ ਸੀ ਪੰਜਾਬੀਆਂ ਦੇ ਘਰਾਂ ਦੇ ਵਿੱਚੋਂ ਵੀ ਕਿਤਾਬ ਜਿਹੜੀ ਆ ਉਹ ਗਵਾਚ ਚੁੱਕੀ ਆ ਆਪਣੇ ਬੱਚਿਆਂ ਨੂੰ ਪੰਜਾਬੀ ਸਿਖਾਓ ਅਸੀਂ ਕਿਵੇਂ ਗੁਰੂ ਨਾਨਕ ਵਿਚਾਰਧਾਰਾ ਨੂੰ ਵਿਦੇਸ਼ ਤੇ ਵਿੱਚ ਪ੍ਰੋਮੋਟ ਕਰੀਏ ਬੱਚੇ ਇੱਥੇ ਗਰੋ ਅਪ ਹੋਏ ਇੱਥੋਂ ਦੇ ਬੋਰ ਨੇ ਆ ਉਹਨਾਂ ਨੂੰ ਸਿੱਖਿਅਤ ਕਰਨਾ ਸਿੱਖੀ ਬਾਰੇ ਜਸ ਕ੍ਰਾਸ ਕੰਟਰੀ ਰੋਡ ਟ੍ਰਿਪ 2019 ਪਾਵਰਡ ਬਾਈ ਸਲਿੰਗ ਸੋ ਜਿਵੇਂ ਕਿ ਅਸੀਂ ਤੁਹਾਨੂੰ ਦੱਸਿਆ ਕਿ ਜਿਨ੍ਹਾਂ ਸ਼ਹਿਰਾਂ ਦੇ ਵਿੱਚ ਅਸੀਂ ਗਏ ਸੀਗੇ ਤਾਂ ਹਰ ਸ਼ਹਿਰ ਦੇ ਆਪਣੇ ਮਸਲੇ ਸੀਗੇ ਅੱਜ ਮੈਂ ਆਪਣੇ ਦਰਸ਼ਕਾਂ ਨੂੰ ਵੀ ਜ਼ਰੂਰ ਕਹਿਣਾ ਚਾਹਾਂਗਾ ਕਿ ਤੁਸੀਂ ਸਾਨੂੰ ਕਾਲ ਕਰਕੇ ਜਿਹੜਾ opinion ਹੈਗੇ ਆ ਜਿਹੜੇ comments ਆਗੇ ਆ ਉਹ ਤੁਸੀਂ ਸਾਨੂੰ ਜ਼ਰੂਰ ਦੇ ਸਕਦੇ ਹੋ ਅਸੀਂ ਤੁਹਾਡੇ ਸ਼ਹਿਰ ਪਹੁੰਚੇ ਸੀਗੇ ਜੇਕਰ ਅਸੀਂ ਕਿਸੇ ਕਾਰਨ ਨਹੀਂ ਪਹੁੰਚ पाए ਤਾਂ ਤੁਸੀਂ ਆਪਣੇ ਸ਼ਹਿਰ ਬਾਰੇ ਵੀ ਸਾਨੂੰ ਫੋਨ ਕਰਕੇ ਦੱਸ ਸਕਦੇ ਹੋ ਕਿ ਜੇਕਰ ਅਸੀਂ ਅਗਲੀ ਵਾਰ ਦਾ ਜਦੋਂ ਟ੍ਰਿਪ ਬਣਾਵਾਂਗੇ ਤੇ ਤੁਹਾਡੇ ਸ਼ਹਿਰ ਨੂੰ ਵੀ ਅਸੀਂ ਜ਼ਰੂਰ ਆਪਣੇ ਆ ਰੋਡ ਮੈਪ ਜੋਤੇ ਪਾਵਾਂਗੇ ਜਰੂਰ ਕਿ ਅਸੀਂ ਤੁਹਾਡੇ ਸ਼ਹਿਰ ਆ ਕੇ ਵੀ ਵਿਜ਼ਿਟ ਕਰਨਾ ਹੈ ਲੇਕਿਨ ਤੁਹਾਨੂੰ ਕਿਸ ਤਰੀਕੇ ਦਾ ਲੱਗਿਆ ਕਿ ਖੁਦ ਅਸੀਂ ਚੱਲ ਕੇ ਤੁਹਾਡੇ ਕੋਲ ਪਹੁੰਚੇ ਔਰ ਤੁਸੀਂ ਆਪਣੇ ਵੈਲਿਊਏਬਲ ਜਿਹੜੇ ਫੀਡਬੈਕ ਸੀਗੇ ਤੁਹਾਡੇ ਜਿਹੜੇ ਵਿਚਾਰ ਸੀਗੇ ਤੁਸੀਂ ਸਾਡੇ ਨਾਲ ਸਾਂਝੇ ਕੀਤੇ ਬਾਕਾਇਦਾ ਤੁਸੀਂ ਉਹਨਾਂ ਸਾਰੇ ਇਸ਼ੂਜ਼ ਨੂੰ ਰੇਜ਼ ਕੀਤਾ ਜੋ ਕਿ ਤੁਹਾਡੇ ਸ਼ਹਿਰ ਦੇ ਵਿੱਚ ਵਾਪਰ ਰਹੇ ਹਨ ਗੱਲ ਜਦ ਮੈਂ ਇਸ਼ੂਜ਼ ਦੀ ਕਰਦਾ ਤੇ ਸਾਨੂੰ ਬੜਾ ਮਾਣ ਮਹਿਸੂਸ ਹੁੰਦਾ ਕਿ ਤੁਸੀਂ ਅੱਜ ਵੀ ਆਪਣੀ ਇਸ ਵਿਰਾਸਤ ਨੂੰ ਆਪਣੇ ਇਸ ਪਾਈਚਾਰੇ ਨੂੰ اپنی ਇਸ ਸੱਭਿਆਚਾਰ ਦੇ ਵਿੱਚ ਚੱਲਦੇ ਹੋਏ ਉਸ ਪੂਰੀ ਸਾਂਝ ਨੂੰ ਤੁਸੀਂ ਸਾਹਮਣੇ ਰੱਖਿਆ ਹੋਇਆ ਔਰ ਜਦ ਮੈਂ ਗੱਲਾਂ ਬਾਤਾਂ ਤੁਹਾਡੇ ਨਾਲ ਕਰਦਾ ਸੀਗਾ ਤਾਂ ਸਾਨੂੰ ਮਾਣ ਵੀ ਮਹਿਸੂਸ ਹੁੰਦਾ ਸੀਗਾ ਕਿ ਕਿਵੇਂ ਸਾਡੇ ਪੰਜਾਬੀਆਂ ਨੇ ਨਾਰਥ ਅਮਰੀਕਾ ਦੀ ਧਰਤੀ ਦੇ ਉੱਤੇ ਭਾਵੇਂ ਈਸਟ ਕੋਸਟ ਤੋਂ ਚੱਲ ਕੇ ਸਾਡਾ ਸਫ਼ਰ ਵੈਸਟ ਕੋਸਟ ਤੱਕ ਪਹੁੰਚਿਆ ਸੀਗਾ ਵੈਸਟ ਕੋਸਟ ਤੋਂ ਵਾਪਸ ਅਸੀਂ ਮਿਡਲ ਤੋਂ ਹੁੰਦੇ ਹੋਏ ਅਸੀਂ ਵਾਪਸ ਪਹੁੰਚੇ ਸੀਗੇ ਨਿਊਯਾਰਕ ਤੋਂ ਸਾਨੂੰ ਬਹੁਤ ਹੀ ਵਧੀਆ ਲੱਗਦਾ ਕਿ ਤੁਸੀਂ ਆਪਣੇ ਕਾਰੋਬਾਰ ਦੇ ਨਾਲ ਨਾਲ ਤੁਸੀਂ ਸਾਰੀ ਗੱਲਾਂ ਦਾ ਧਿਆਨ ਰੱਖਿਆ ਹੈ ਭਾਵੇਂ ਉਹ ਗੱਲ ਪੰਥ ਦੇ ਨਾਲ ਸੰਬੰਧ ਹੋਵੇ ਭਾਵੇਂ ਉਹ ਗੱਲ ਸਿਆਸੀ ਹੋਵੇ ਭਾਵੇਂ ਉਹ ਗੱਲ ਸਮਾਜਿਕ ਹੋਵੇ ਤਾਂ ਬੜਾ ਮਾਣ ਮਹਿਸੂਸ ਹੁੰਦਾ ਹੈ ਕਿ ਤੁਸੀਂ ਲੰਬੇ ਸਮੇਂ ਤੋਂ ਸਟਰਗਲ ਕਰਕੇ ਇੱਥੇ ਪਹੁੰਚੇ ਇੱਥੇ ਪਹੁੰਚ ਕੇ ਤੁਸੀਂ ਸਾਰੀ ਗੱਲਾਂ ਦਾ ਧਿਆਨ ਰੱਖਿਆ ਔਰ ਜਿਵੇਂ ਤੁਸੀਂ ਹਾਰਡ ਵਰਕ ਕਰਕੇ ਅੱਜ ਆਪਣੇ ਸਤ ਸਮੁੰਦਰ ਪਾਰ ਵੱਡੇ ਕਾਫਲੇ ਬਣਾਏ ਹੋਏ ਹਨ ਸਾਨੂੰ ਬਹੁਤ ਹੀ ਮਾਣ ਮਹਿਸੂਸ ਹੁੰਦਾ ਜਦ ਅਸੀਂ ਉਹਨਾਂ ਘਰਾਂ ਦੇ ਵਿੱਚ ਜਾਂਉਂਦੇ ਸੀਗੇ ਜਿੱਥੇ ਸਾਡੇ ਪੰਜਾਬੀਆਂ ਨੇ ਕੱਲੀ ਕਮਿਊਨਿਟੀ ਹੀ ਨਹੀਂ ਸਗੋ ਆਪਣੇ ਨਾਂ ਨੂੰ ਵੀ ਉਹਨਾਂ ਨੇ ਬੁਲੰਦ ਕੀਤਾ ਔਰ ਸਾਨੂੰ ਬਹੁਤ ਮਾਣ ਮਹਿਸੂਸ ਹੁੰਦਾ ਸੀਗਾ ਕਿ ਹਰ ਕੋਈ ਬਹੁਤ ਜ਼ਿਆਦਾ ਚਿੰਤਿਤ ਹੈਗਾ ਫਿਊਚਰ ਦੇ ਲਈ ਬਹੁਤ ਜ਼ਿਆਦਾ ਚਿੰਤਿਤ ਹੈਗਾ ਆਪਣੇ ਬੱਚਿਆਂ ਦੇ ਲਈ ਕਿਉਂਕਿ ਅੱਜ ਅਸੀਂ ਇੱਥੇ ਰਹਿ ਕੇ ਜਦ ਇੱਥੇ ਦੀ ਗੱਲ ਕਰਦੇ ਆ ਤਾਂ ਕਹੀਂ ਸਾਰੇ ਇਸ਼ੂਸ ਸਾਨੂੰ ਗਰਾਉਂਡ ਲੈਵਲ ਤੇ ਵੇਖਣ ਨੂੰ ਮਿਲਦੇ ਆ ਭਾਵੇਂ ਉਹ ਮਸਲਾ ਔਰਮਨ ਏਮਪਾਵਰਮੈਂਟ ਦਾ ਹੋਵੇ ਯੂਥ ਨਾਲ ਸੰਬੰਧਿਤ ਹੋਵੇ ਭਾਵੇਂ ਉਹ ਮਸਲਾ ਪੰਜਾਬੀ ਮਾਂ ਬੋਲੀ ਨੂੰ ਜ਼ਿੰਦਾ ਰੱਖਣ ਦੀ ਗੱਲ ਹੋਵੇ ਭਾਵੇਂ ਉਹ ਬੱਚਿਆਂ ਨੂੰ ਕਿਵੇਂ ਅਸੀਂ ਗੁਰਦੁਆਰਾ ਸਾਹਿਬ ਨਾਲ ਜੋੜ ਸਕਦੇ ਆ ਉਹਦੀ ਗੱਲ ਹੋਵੇ ਹੇਟ ਕਰਾਇਮ ਦੀ ਗੱਲ ਹੋਵੇ ਡਿਸਕ੍ਰਿਮੀਨੇਸ਼ਨ ਦੀ ਗੱਲ ਹੋਵੇ ਬਿਜ਼ਨਸ ਨੂੰ ਅੱਗੇ ਕਿਵੇਂ ਲਿਜਾ ਸਕਦੇ ਆ ਉਹਦੀ ਗੱਲ ਹੋਵੇ ਬਿਜ਼ਨਸ ਨੈਟਵਰਕਿੰਗ ਦੀ ਗੱਲ ਹੋਵੇ ਤਾਂ ਅਸੀਂ ਵੀ ਇਹਨਾਂ ਸਾਰੀ ਗੱਲਾਂ ਨੂੰ ਧਿਆਨ ਦੇ ਵਿੱਚ ਰੱਖ ਕੇ ਵਚਨਬੱਧ ਹੋਏ ਸੀਗੇ ਕਿ ਅਸੀਂ ਸਾਰੇ ਗੱਲਾਂ ਦੇ ਉੱਤੇ ਆ ਕੇ ਤੁਹਾਡੇ ਕੋਲ ਵਿਚਾਰ ਕਰਨਾ ਹੈ ਤੁਹਾਡੇ ਨਾਲ ਗੱਲਾਂ ਬਾਤਾਂ ਕਰਨੀਆਂ ਹੈ ਤਾਂ ਕਿ ਤੁਸੀਂ ਆਪਣੀ ਸਿਟੀ ਦੇ ਜਿਹੜੇ ਇਸ਼ੂਜ਼ ਨੇ ਉਹ ਸਾਨੂੰ ਦੱਸ ਸਕੋ ਔਰ ਸਗੋਂ ਸਾਡੀ ਇਹ ਸੋਚ ਸੀਗੀ ਕਿ ਤੁਹਾਡੀ ਸਿਟੀਆਂ ਦੇ ਜਿਹੜੇ ਇਸ਼ੂਜ਼ ਹਨ ਉਹ ਦੂਜੀ ਸਿਟੀਆਂ ਦੇ ਵਿੱਚ ਰਹਿੰਦੇ ਹੋਏ ਪੰਜਾਬੀ ਭਾਈਚਾਰੇ ਦੇ ਲੋਕਾਂ ਦੇ ਕੋਲ ਪਹੁੰਚੇ ਤਾਂ ਕਿ ਉਹ ਆਪਣੀ ਹਮਦਰਦੀ ਤੁਹਾਡੇ ਨਾਲ ਦੇ ਸਕਣ ਉਹ ਆਪਣੀ سپورਟ ਤੁਹਾਨੂੰ ਦੇ ਸਕਣ ਔਰ ਜੋ ਕਿ ਸਾਨੂੰ ਵੇਖਣ ਨੂੰ ਵੀ ਮਿਲੀ ਮੈਂ ਤੁਹਾਨੂੰ ਕੱਲੀ ਕੱਲੀ ਸਿਟੀ ਦਾ ਜਿਹੜਾ ਵੇਰਵਾ ਹੈਗਾ ਉਹ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਵੀ ਦਵਾਂਗਾ ਮੈਂ ਅੱਜ ਕੋਈ ਵੀ ਸਮਾਜਿਕ ਧਾਰਮਿਕ ਜਾਂ ਪੰਥਕ ਗੱਲ ਨਹੀਂ ਕਰਨਾ ਚਾਹੁੰਦਾ ਕਿਉਂਕਿ ਸਾਨੂੰ ਬਹੁਤ ਮਾਣ ਮਹਿਸੂਸ ਹੋਇਆ ਸਾਨੂੰ ਬਹੁਤ ਹੀ ਸੋਣਾ ਲੱਗਿਆ ਔਰ ਬਹੁਤ ਹੀ ਸਾਨੂੰ ਵਧੀਆ ਲੱਗਿਆ ਕਿ ਅਸੀਂ ਤੁਹਾਡੇ ਸ਼ਹਿਰਾਂ ਦੇ ਵਿੱਚ ਪਹੁੰਚੇ ਸੀਗੇ ਔਰ ਤੁਸੀਂ ਸਿਰਫ ਨਾ ਹੀ ਸਾਡਾ ਵੈਲਕਮ ਕੀਤਾ ਸਗੋਂ ਤੁਸੀਂ ਆਪਣੇ ਦਰਦ ਤੁਸੀਂ ਆਪਣੀ ਗੱਲਾਂ ਸਾਡੇ ਨਾਲ ਸਾਂਝੀਆਂ ਕੀਤੀਆਂ ਤੇ ਮੈਂ ਕੱਲੀ-ਕੱਲੀ ਸਿਟੀ ਦੇ ਜਿਹੜੇ ਇਸ਼ੂਸ ਹਨ ਉਹ ਅੱਜ ਮੈਂ ਇਸ ਮੰਚ ਦੇ ਉੱਤੇ ਲੈ ਕੇ ਆਵਾਂਗਾ ਔਰ ਤੁਸੀਂ ਵੀ ਮੈਨੂੰ ਕਾਲ ਕਰ ਸਕਦੇ ਹੋ ਤੁਸੀਂ ਵੀ ਕਾਲ ਕਰਕੇ ਆਪਣੇ ਪ੍ਰਤੀਕਰਮ ਮੇਰੇ ਨਾਲ ਸਾਂਝੇ ਕਰ ਸਕਦੇ ਹੋ ਕਿ ਕਿਵੇਂ ਤੁਹਾਨੂੰ ਲੱਗਿਆ ਜਦ ਅਸੀਂ ਤੁਹਾਡੇ ਕੋਲ ਆਪ ਪਹੁੰਚੇ ਸੀਗੇ ਔਰ ਜੇਕਰ ਅਸੀਂ ਨਹੀਂ ਪਹੁੰਚ पाए ਤਾਂ ਤੁਸੀਂ ਉਹ ਵੀ ਮੈਨੂੰ ਕਾਲ ਕਰਕੇ ਦੱਸ ਸਕਦੇ ਕਿ ਤੁਸੀਂ ਸਾਡੇ ਕੋਲ ਨਹੀਂ ਪਹੁੰਚੇ ਅਸੀਂ ਕੋਸ਼ਿਸ਼ ਜ਼ਰੂਰ ਕਰਾਂਗੇ ਕਿ ਜਦ ਅਸੀਂ ਆਪਣਾ ਨੈਕਸਟ ਟ੍ਰਿਪ ਬਣਾਵਾਂਗੇ ਤਾਂ ਤੁਹਾਡੇ ਕੋਲ ਵੀ ਅਸੀਂ ਜ਼ਰੂਰ ਸ਼ਿਰਕਤ ਕਰੀਏ ਫਿਲਹਾਲ ਮੈਂ ਇੱਕ ਬ੍ਰੇਕ ਲਈ ਇੱਥੇ ਰੁਕ ਰਿਹਾ ਔਰ ਜਦ ਬ੍ਰੇਕ ਤੋਂ ਬਾਅਦ ਵਾਪਸ ਆਵਾਂਗਾ ਮੈਂ ਗੱਲ ਕਰਾਂਗਾ ਆਪਣੇ ਪਹਿਲੇ ਵਿਜ਼ਿਟ ਸਿੰਸਿਨੈਟੀ ਦੀ ਉਸ ਤੋਂ ਬਾਅਦ ਸਾਡੇ ਅਖੀਰਲੀ ਵਿਜ਼ਿਟ ਸਾਊਥ ਕੈਰੋਲਿਨਾ ਦੀ ਜਿੱਥੇ ਅਸੀਂ 20 ਸ਼ਹਿਰਾਂ ਦੇ ਵਿੱਚ ਪਹੁੰਚ ਕੇ ਕਈ ਸਾਰੀ ਗੱਲਾਂ ਦੇ ਉੱਤੇ ਵਿਚਾਰ ਕੀਤਾ ਲੇਕਿਨ ਅਨਾ ਸਾਰੀ ਗੱਲਾਂ ਦੇ ਉੱਤੇ ਵਿਚਾਰ ਕਰਾਂਗੇ ਇਸ ਬ੍ਰੇਕ ਤੋਂ ਬਾਅਦ ਬ੍ਰੇਕ ਤੋਂ ਬਾਅਦ ਸਾਡੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਗੱਲ ਅਸੀਂ ਜਸ ਕ੍ਰਾਸ ਕੰਟਰੀ ਰੋਡ ਟ੍ਰਿਪ 2019 ਪਾਵਰਡ ਬਾਈ ਸਲਿੰਗ ਉਹਦੀ ਗੱਲ ਤੁਹਾਡੇ ਨਾਲ ਕਰਨੇ ਆ ਕਿ ਕਿਵੇਂ ਅਸੀਂ 25 ਦਿਨਾਂ ਦੇ ਵਿੱਚ 20 ਸ਼ਹਿਰਾਂ ਦੇ ਵਿੱਚ ਸ਼ਿਰਕਤ ਕੀਤੀ ਔਰ ਵਕ ਵਕ ਸ਼ਹਿਰਾਂ ਦੇ ਵਿੱਚ ਜਾ ਕੇ ਅਸੀਂ ਵਕ ਵਕ ਮੁੱਦਿਆਂ ਦੇ ਉੱਤੇ ਗੱਲਬਾਤ ਕੀਤੀ ਟੀਚਾ ਸਾਡਾ ਸੀਗਾ ਕਿ ਗੁਰੂ ਨਾਨਕ ਦੇਵ ਜੀ ਦੇ 550 ਪ੍ਰਕਾਸ਼ ਪੁਰਬ ਨੂੰ ਸਮਰਪਿਤ ਜਿਹੜਾ ਵੱਡੇ ਪੱਧਰ ਤੇ ਹਰ ਮੁਲਕ ਦੇ ਵਿੱਚ ਮੁਲਕ ਦੇ ਵਿੱਚ ਵਸਦੇ ਸ਼ਹਿਰਾਂ ਦੇ ਵਿੱਚ ਜਿਸ ਤਰੀਕੇ ਨਾਲ ਗੁਰੂ ਨਾਨਕ ਦੇਵ ਜੀ ਦਾ 550 ਪ੍ਰਕਾਸ਼ ਪੁਰਬ ਬੜੇ ਹੀ ਹਰਸ਼ੋਲਾਜ਼ ਨਾਲ ਮਨਾਇਆ ਜਾ ਰਿਹਾ ਹੈ ਗੁਰੂ ਨਾਨਕ ਦੇਵ ਜੀ ਦੀ ਟੀਚਿੰਗਸ ਔਰ ਪ੍ਰੀਚਿੰਗਸ ਨੂੰ ਯੂਨਾਈਟਿਡ ਸਟੇਟਸ ਆਫ ਅਮਰੀਕਾ ਦੀ ਧਰਤੀ ਦੇ ਉੱਤੇ ਸਾਡਾ ਭਾਈਚਾਰਾ ਕਿਸ ਤਰੀਕੇ ਨਾਲ ਮਨਾ ਰਿਹਾ ਹੈ ਜਾਂ ਫਿਰ ਮਨਾਵੇਗਾ ਸਵਾਲ ਸਾਡੇ ਸਿੱਧੇ ਆਏ ਸੀਗੇ ਕਿ ਗੁਰੂ ਸਾਹਿਬ ਦੇ ਜਿਹੜੇ ਸਿਧਾਂਤ ਸੀਗੇ ਗੁਰੂ ਸਾਹਿਬ ਨੇ ਜਦ ਸਾਂਝੀ ਵਾਲਤਾ ਦਾ ਸੁਨੇਹਾ ਵਿਸ਼ਵ ਦੇ ਵਿੱਚ ਦਿੱਤਾ ਸਗੋਂ ਅਸੀਂ ਇਹ ਵੀ ਕਹਿੰਦੇ ਆ ਕਿ ਅੱਜ ਅਸੀਂ ਕਿਸੇ ਵੀ ਮੁਲਕ ਦਾ ਵੱਡਾ ਕੋਈ ਵੀ ਮਸਲਾ ਸੁਣ ਲਈਏ ਜਾਂ ਫਿਰ ਅਸੀਂ ਕਿਸੇ ਵੀ ਮੁਲਕ ਦੀ ਕਨਸਟੀਚਿਊਸ਼ਨ ਦੇ ਉੱਤੇ ਥੋੜੀ ਜੀ ਨਜ਼ਰ ਪਾ ਲਈਏ ਜਾਂ ਫਿਰ ਕਿਸੇ ਵੀ ਅਸੀਂ ਉਸ ਕਿਤਾਬ ਨੂੰ ਪੜ੍ਹ ਲਈਏ ਜਿੱਥੇ ਮਾਨਵਤਾ ਦੀ ਗੱਲ ਕੀਤੀ ਜਾਂਦੀ ਹੈ ਲੋਕਾਂ ਦੀ ਗੱਲ ਕੀਤੀ ਜਾਂਦੀ ਹੈ ਲੋਕ ਭਲਾਈ ਦੀ ਗੱਲ ਕੀਤੀ ਜਾਂਦੀ ਹੈ ਤਾਂ ਅੱਜ ਅਸੀਂ ਭਾਵੇਂ ਯੂਨਾਈਟਿਡ ਸਟੇਟਸ ਆਫ ਅਮਰੀਕਾ ਦੀ ਧਰਤੀ ਤੇ ਉੱਤੇ ਆ ਕੇ ਵਸਤਾ ਗਏ ਹਾਂ ਲੇਕਿਨ ਅਸੀਂ ਲਾਅ ਅਸੀਂ ਇੱਥੇ ਦੇ ਰੂਲਸ ਐਂਡ ਰੈਗੂਲੇਸ਼ਨਸ ਉਹਨੂੰ ਹੀ ਫਾਲੋ ਕਰਦੇ ਹਾਂ ਸਗੋਂ ਅਸੀਂ ਕਦੀ ਕਬਾਰ ਕੰਪੇਅਰ ਵੀ ਕਰਨ ਲੱਗ ਜਾਂਦੇ ਕਿ ਜੇਕਰ ਆ ਸਾਰੇ ਸਿਧਾਂਤ ਇੰਡੀਆ ਦੇ ਵਿੱਚ ਲਾਗੂ ਹੋ ਜਾਂਦੇ ਹਨ ਤਾਂ ਇੰਡੀਆ ਵੀ ਡਿਵੈਲਪਿੰਗ ਕੰਟਰੀ ਤੋਂ ਡਿਵੈਲਪਡ ਕੰਟਰੀ ਦੇ ਵਿੱਚ ਆਪਣਾ ਨਾਮ ਲਿਖਵਾ ਸਕਦਾ ਹੈ ਮੁਸ਼ਕਲ ਨਹੀਂ ਹੈਗਾ ਲੇਕਿਨ ਇੱਥੇ ਅਸੀਂ ਫਾਲੋ ਕਰਦੇ ਹਾਂ ਕਿਉਂਕਿ ਇੱਥੇ ਦੇ ਲਾਅ ਸਾਨੂੰ ਇਜਾਜ਼ਤ ਦਿੰਦੇ ਹਨ ਜੇਕਰ ਅਸੀਂ ਉਹਨੂੰ ਫਾਲੋ ਨਹੀਂ ਕਰਾਂਗੇ ਤਾਂ ਸਾਨੂੰ ਪਤਾ ਹੈ ਕਿ ਸਾਨੂੰ ਉਹਦਾ ਕੀ ਕੁਝ ਜਿਹੜਾ ਪੈਨਲਟੀ ਹੈਗੀ ਹੈ ਉਹ ਭਰਨੀ ਪੈ ਸਕਦੀ ਹੈ ਕਿਉਂਕਿ ਸਾਡੇ ਤੋਂ ਇੱਥੇ ਕਰਵਾਇਆ ਜਾਂਦਾ ਹੈ ਲੇਕਿਨ ਕਰਵਾਇਆ ਵੀ ਸਾਨੂੰ ਡੰਡਾ ਰੱਖ ਕੇ ਨਹੀਂ ਜਾਂ ਫਿਰ ਕਿਸੇ ਪ੍ਰੈਸ਼ਰ ਦੇ ਉੱਤੇ ਨਹੀਂ ਕਿਉਂਕਿ ਇੱਥੇ ਦੇ ਸਾਨੂੰ ਉਹ ਲਾਅ ਇਜ਼ਾਹਰ ਦਿੰਦੇ ਹਨ ਕਿਉਂਕਿ ਅਸੀਂ ਉਹਨੂੰ ਫਾਲੋ ਕਰਦੇ ਹਾਂ ਮੇਰਾ ਕਹਿਣ ਦਾ ਭਾਵ ਹੈ ਕਿ ਅੱਜ ਜਦ ਅਸੀਂ ਸਾਰੀ ਗੱਲਾਂ ਨੂੰ ਵੇਖਦੇ ਹਾਂ ਇਸ ਕਨਸਟੀਟਿਊਸ਼ਨ ਨੂੰ ਮੰਨਦੇ ਹਾਂ ਜਿੱਥੇ ਇਸ ਕਨਸਟੀਟਿਊਸ਼ਨ ਦੇ ਵਿੱਚ ਮਾਨਵਤਾ ਦੀ ਗੱਲ ਕੀਤੀ ਗਈ ਇੰਡੀਵਿਜੂਅਲ ਆਪ ਹਿਊਮਨ ਬੀਇੰਗ ਦੀ ਗੱਲ ਕੀਤੀ ਗਈ ਯੂਥ ਏਮਪਾਵਰਮੈਂਟ ਦੀ ਗੱਲ ਕੀਤੀ ਗਈ ਸਾਰਿਆਂ ਨੂੰ ਯੂਨਾਈਟ ਰਹਿਣ ਦੀ ਗੱਲ ਕੀਤੀ ਗਈ ਇਹ ਸਾਰੀ ਗੱਲਾਂ ਤਾਂ ਗੁਰੂ ਸਾਹਿਬ ਅੱਜ ਤੋਂ 550 ਸਾਲ ਪਹਿਲਾਂ ਹੀ ਦੱਸ ਗਏ ਸੀਗੇ ਸਾਨੂੰ ਔਰ ਸਾਨੂੰ ਸਭ ਕੁਝ ਇਹ ਕਹਿ ਗਏ ਸੀਗੇ ਲੇਕਿਨ ਕੀ ਅੱਜ ਉਹਨੂੰ ਅਸੀਂ ਭਾਵੇਂ ਅਸੀਂ ਆ ਕੇ ਅੱਜ ਸੱਤ ਸਮੁੰਦਰ ਪਾਰ ਵਸ ਗਏ ਆ ਕਿ ਅਸੀਂ ਉਹਨੂੰ ਫੋਲੋ ਕਰ ਰਹੇ ਆ ਜਦ ਅਸੀਂ ਵੱਖ-ਵੱਖ ਸਿਟੀਜ਼ ਦੇ ਵਿੱਚ ਜਾ ਕੇ ਇਸ ਗੱਲ ਨੂੰ ਵੇਖਿਆ ਤੇ ਸਾਨੂੰ ਵਾਕੇ ਹੀ ਬਹੁਤ ਸਾਰੀਆਂ ਗੱਲਾਂ ਸਮਝਣ ਨੂੰ ਮਿਲੀਆਂ ਬਹੁਤ ਸਾਰੀਆਂ ਗੱਲਾਂ ਸਾਨੂੰ ਵੇਖਣ ਨੂੰ ਮਿਲੀਆਂ ਔਰ ਬਹੁਤ ਗੱਲਾਂ ਦੇ ਉੱਤੇ ਅਸੀਂ ਵਿਚਾਰ ਵੀ ਕੀਤਾ ਮੁੱਖ ਤੌਰ ਤੇ ਅਗਰ ਮੈਂ ਗੱਲ ਕਰਾਂ ਗੁਰਨਾਨਕ ਦੇਵ ਜੀ ਦੇ 550 ਪ੍ਰਕਾਸ਼ ਪੁਰਬ ਨੂੰ ਤਾਂ ਅਸੀਂ ਵੱਖ-ਵੱਖ ਗੁਰਦੁਆਰਾ ਸਾਹਿਬਾਨ ਦੇ ਵਿੱਚ ਵੀ ਗਏ। ਉੱਥੇ ਦੇ ਉੱਥੇ ਦੇ ਲੋਕਾਂ ਦੇ ਨਾਲ ਜਾ ਕੇ ਅਸੀਂ ਗੱਲਾਂ ਕੀਤੀਆਂ ਸੰਗਤ ਨਾਲ ਅਸੀਂ ਜ਼ਰੂਰ ਵਿਚਾਰ ਕੀਤੇ ਕਿ ਕਿਵੇਂ ਅਸੀਂ ਗੁਰੂ ਨਾਨਕ ਦੇਵ ਜੀ ਦੀ ਇਸ ਫਿਲਾਸਫੀ ਨੂੰ ਜ਼ਮੀਨੀ ਪੱਧਰ ਤੇ ਆਪਣੀ ਨਿੱਜੀ ਜ਼ਿੰਦਗੀ ਦੇ ਵਿੱਚ ਵਰਤ ਸਕਦੇ ਹਾਂ। ਜੇਕਰ ਅਸੀਂ ਵਰਤਦੇ ਵੀ ਹਾਂ ਤੇ ਕੀ ਉਹਨੂੰ ਵਾਕੇ ਹੀ ਅਸੀਂ ਇੰਪਲੀਮੈਂਟ ਕਰਦੇ ਹਾਂ? ਜੇਕਰ ਇੰਪਲੀਮੈਂਟ ਕਰਦੇ ਆਂ ਤੇ ਕੀ ਅਸੀਂ ਰਾਈਜ਼ ਹੋ ਸਕਦੇ ਆਂ ਜੇਕਰ ਅਸੀਂ ਰਾਈਜ਼ ਹੋਣ ਦੀ ਗੱਲ ਕਰ ਵੀ ਰਹੇ ਆਂ ਕੀ ਅਸੀਂ ਦੂਜੇ ਭਾਈਚਾਰੇ ਨੂੰ ਕੁਝ ਅਜੀ ਹੀ ਗੱਲ ਦੱਸ ਰਿਹਾ ਜੋ ਕਿ ਸਾਡੇ ਵਿਚਾਰ ਉਹਨਾਂ ਦੇ ਨਾਲ ਮਿਲ ਸਕਣ ਤਾਂ ਕਿ ਅਸੀਂ ਵੀ ਆਪਣੀ ਕੌਮ ਨੂੰ ਅੱਗੇ ਲੈ ਜਾਣ ਦੀ ਤਜ਼ਵੀਜ਼ ਰੱਖ ਸਕੀਏ ਤੇ ਇਹ ਸਾਰੀ ਗੱਲਾਂ ਮੁੱਖ ਰੱਖਦੇ ਹੋਏ ਅਸੀਂ ਵਿਚਾਰ ਆਪਣੇ ਦਰਸ਼ਕਾਂ ਦੇ ਨਾਲ ਕੀਤੀ ਸੀਗੀਆਂ ਅਸੀਂ ਆਪਣੇ ਉਹਨਾਂ ਸਾਰੇ ਲੋਕਾਂ ਦੇ ਨਾਲ ਕੀਤੀਆਂ ਸੀਗੀਆਂ ਜਿਨ੍ਹਾਂ ਨੇ ਸਾਨੂੰ ਢੇਰ ਸਾਰਾ ਪਿਆਰ ਸਾਡੀ ਝੋਲੀ ਦੇ ਵਿੱਚ ਵਾਪਸ ਦੇ ਕੇ ਨਿਊਯਾਰਕ ਸਾਨੂੰ ਮੋੜ ਵਾਪਸ ਭੇਜਿਆ ਮੈਂ ਹੁਣ ਜਦ ਗੱਲ ਸਿਨਸਿਨਿਟੀ ohio ਦੀ ਕਰਦਾ ਤੇ ਉੱਥੇ ਅਸੀਂ ਜਦ ਪਹੁੰਚੇ ਤਾਂ ਸਿਨਸਿਨਿਟੀ ohio ਸਾਡਾ ਪਹਿਲਾ ਸਟਾਪ ਸੀਗਾ ਜਿੱਥੇ ਸਾਨੂੰ ਕਈ ਸਾਰੇ ਭਾਈਚਾਰੇ ਦੇ ਲੋਕ ਆ ਕੇ ਸਾਨੂੰ ਮਿਲੇ ਜਿਨ੍ਹਾਂ ਦੇ ਵਿੱਚ ਵਪਾਰੀ ਸੀਗੇ ਜਿਨ੍ਹਾਂ ਦੇ ਵਿੱਚ ਕਈ ਸਾਰੇ ਪੰਥਕ ਆਗੂ ਸੀਗੇ ਕਈ ਸਾਰੇ ਉਹ ਦਰਸ਼ਕ ਸੀਗੇ ਜੋ ਸਾਨੂੰ ਰੋਜ਼ਾਨਾ ਵੇਖਦੇ ਹਨ ਤਾਂ ਜਦ ਅਸੀਂ ਉਹਨਾਂ ਦੇ ਨਾਲ ਵਿਚਾਰ ਕੀਤਾ ਤਾਂ ਉਹਨਾਂ ਨੇ ਕਿਹਾ ਕਿ ਕੋਈ ਵਰਜੀਨੀਆ ਤੋਂ ਯਾਨੀ ਕਿ ਈਸਟ ਕੋਸਟ ਦੇ ਇਸ ਪਾਸੇ ਤੋਂ ਕੋਈ ਨਿਊਯਾਰਕ ਤੋਂ ਕੋਈ ਨਿਊ ਜਰਸੀ ਤੋਂ ਜਾ ਕੇ ਉੱਥੇ ਵਸਿਆ। ਔਰ ਜਦ ਅਸੀਂ ਗੱਲ ਉਹਨਾਂ ਦੇ ਬਿਜ਼ਨੈਸਸ ਦੀ ਕੀਤੀ ਤਾਂ ਕਈ ਸਾਰਿਆਂ ਨੇ ਸਾਨੂੰ ਦੱਸਿਆ ਕਿ ਸਾਡੇ ਕੋਲ ਗੈਸ ਸਟੇਸ਼ਨ ਹੈ, ਸਾਡੇ ਕੋਲ ਰੈਸਟੋਰੈਂਟ ਹੈਗਾ, ਸਾਡੇ ਕੋਲ ਹੋਟੈਲਸ ਨੇ ਤਾਂ ਵਕ-ਵਕ ਕਾਰੋਬਾਰ ਦੇ ਵਿੱਚ ਪੰਜਾਬੀਆਂ ਨੇ ਉੱਥੇ ਮੱਲਾ ਮਾਰੀਆਂ ਹਨ। ਜੋ ਕਿ ਵਕ-ਵਕ ਤਾਂ ਮੈਂ ਤੋ ਜਾ ਕੇ ਸਿਨਸਿਨਾਟੀ ohio ਵਿਖੇ ਪਹੁੰਚੇ ਸਿਨਸਿਨਾਟੀ ohio ਦੇ ਮੌਸਮ ਦੀ ਜੇਕਰ ਮੈਂ ਗੱਲ ਕਰਾਂ ਤਾਂ ਉੱਥੇ ਦਾ ਮੌਸਮ ਜਿਹੜਾ ਹੈ ਉਹ ਪਲੇਜ਼ੈਂਟ ਰਹਿੰਦਾ ਹੈ ਨਾ ਜ਼ਿਆਦੇ ਜ਼ਿਆਦਾ ਉੱਥੇ ਸਰਦੀ ਵੇਖਣ ਨੂੰ ਮਿਲਦੀ ਹੈ ਨਾ ਜ਼ਿਆਦਾ ਉੱਥੇ ਸਾਨੂੰ ਗਰਮੀ ਵੇਖਣ ਨੂੰ ਮਿਲਦੀ ਹੈ ਸੋ ਮੌਸਮ ਸਿਨਸਿਨਾਟੀ ohio ਦਾ ਬਹੁਤ ਪਲੇਜ਼ੈਂਟ ਹੈਗਾ ਔਰ ਇਸ ਸ਼ਹਿਰ ਦੇ ਵਿੱਚ ਜਿਹੜੀ ਅਗਰ ਮੈਂ ਪੰਜਾਬੀ ਭਾਈਚਾਰੇ ਦੀ ਗੱਲ ਕਰਾਂ ਤਾਂ ਲਗਭਗ 250 ਫੈਮਿਲੀ ਸਿਨਸਿਨਾਟੀ ਵਿਖੇ ਰਹਿੰਦੀ ਹੈ ਔਰ ਉੱਥੇ ਆਪਸ ਦੇ ਵਿੱਚ ਉਹਨਾਂ ਦਾ ਬਹੁਤ ਸਾਰਾ ਪਿਆਰ ਵੇਖਣ ਨੂੰ ਮਿਲਦਾ ਜਿੱਥੇ ਕਈ ਸਾਰੇ ਸਪੋਰਟਸ ਐਸੋਸੀਏਸ਼ਨ ਵੀ ਹੋਂ ਦੇ ਵਿੱਚ ਹੈਗੀਆਂ ਜੋ ਕਿ ਮਾਕਹੇਟ ਕਬੱਡੀ ਨੂੰ ਵੀ ਹੱਲਾਸ਼ੀਰੀ ਦਿੰਦੀਆਂ ਹਨ ਔਰ ਕਈ ਸਾਰੀ ਸੰਸਥਾਵਾਂ ਵੀ ਹਨ ਜੋ ਕਿ ਪੰਜਾਬੀ ਮਾਂ ਬੋਲੀ ਨੂੰ ਜ਼ਿੰਦਾ ਰੱਖਣ ਦੇ ਲਈ ਵਚਨਬੰਦ ਵੀ ਹੋ ਰਹੀਆਂ ਹਨ ਤਾਂ ਸਿਨਸਿਨੈਟੀ ਹਾਈਵੇ ਵਿੱਚ ਸਾਨੂੰ ਇਹ ਗੱਲ ਵੇਖ ਕੇ ਵਾਕਈ ਹੀ ਖੁਸ਼ੀ ਹੋਈ ਕਿ ਜਿੱਥੇ ਪੰਜਾਬ ਪੰਜਾਬੀਅਤ ਅਤੇ ਪੰਜਾਬ ਭਾਈਚਾਰੇ ਨੂੰ ਜ਼ਿੰਦਾ ਰੱਖਣ ਦੇ ਲਈ ਕਈ ਸਾਰੇ ਕਾਰੋਬਾਰੀ ਉੱਤੇ ਵਸੇ ਹੋਏ ਹਨ ਨੈਕਸਟ ਡੇ ਅਸੀਂ ਪਹੁੰਚੇ ਸੀਗੇ ਸ਼ਿਕਾਗੋ ਸ਼ਿਕਾਗੋ ਜਿੱਥੇ ਅਸੀਂ ਵਖਵਖ ਸੰਸਥਾਵਾ ਦੇ ਆਗੂਆਂ ਦੇ ਨਾਲ ਮੁਲਾਕਾਤ ਕੀਤੀ ਵਖਵਖ ਗੁਰਦੁਆਰਾ ਸਾਬਾਨ ਦੇ ਵਿੱਚ ਸਾਨੂੰ ਜਾਣ ਦਾ ਮੌਕਾ ਮਿਲਿਆ ਜਿੱਥੇ ਮਰਿਆਦਾ ਸਿਹਤ ਗੁਰਦੁਆਰਾ ਸਾਬਾਨ ਦੇ ਵਿੱਚ ਸਾਨੂੰ ਹਰ ਉਹ ਗੱਲ ਵੇਖਣ ਨੂੰ ਮਿਲੀ ਜੋ ਕਿ ਅਸੀਂ ਆਪਣੀ ਨਿੱਜੀ ਜ਼ਿੰਦਗੀ ਦੇ ਵਿੱਚ ਵੀ ਔਰ ਜੋ ਕਿ ਅਸੀਂ ਮਰਿਆਦਾ ਸਿਹਤ ਗੱਲਾਂ ਨੂੰ ਮਣਦੇ ਵੀ ਆ ਉਹ ਸਾਨੂੰ ਹਰ ਗੁਰਦੁਆਰਾ ਸਾਹਿਬ ਦੇ ਵਿੱਚ ਉੱਥੇ ਵੇਖਣ ਨੂੰ ਮਿਲੀ ਜਦ ਅਸੀਂ ਸ਼ਿਕਾਗੋ ਦੀ ਭਾਈਚਾਰੇ ਦੇ ਨਾਲ ਗੱਲ ਕੀਤੀ ਤਾਂ ਵੱਖ-ਵੱਖ ਮੁੱਦੇ ਸੀਗੇ ਉਹਨਾਂ ਦਾ ਸਭ ਤੋਂ ਅਹਿਮ ਮੁੱਦਾ ਸੀਗਾ ਕਿ ਕਿਵੇਂ ਅਸੀਂ ਪੰਜਾਬ ਦੇ ਵਿੱਚ ਵਸਦੇ ਪਿੰਡਾਂ ਦੇ ਵਿੱਚ ਜੜ ਨਾਲ ਜੁੜ ਕੇ ਕੰਮ ਕਰੀਏ ਕਿਵੇਂ ਅਸੀਂ ਸਿਰਫ ਗੱਲਾਂ ਹੀ ਨਾ ਕਰੀਏ ਸਗੋਂ ਸਾਨੂੰ ਸ਼ਿਕਾਗੋ ਦੇ ਜਿਹੜੇ ਭਾਈਚਾਰੇ ਦੇ ਲੋਕ ਸੀਗੇ ਉਹਨਾਂ ਨੇ ਸਾਨੂੰ ਕਿਹਾ ਕਿ ਅਸੀਂ ਕੱਲਾ-ਕੱਲਾ ਪਿੰਡ ਆਪਣੀ ਜ਼ਿੰਮੇਵਾਰੀ ਦੇ ਉੱਤੇ ਲਿੱਤਾ ਹੋਇਆ ਤੇ ਅਸੀਂ ਜ਼ਿੰਮੇਵਾਰੀ ਨੂੰ ਸਮਝਦੇ ਹੋਏ ਜਿਸ ਪਿੰਡ ਨਾਲ ਉਹ ਸੰਬੰਧ ਰੱਖਦੇ ਹਨ ਉਸ ਪਿੰਡ ਨੂੰ ਉਹਨਾਂ ਨੇ ਆਪਣੀ ਝੋਲੀ ਦੇ ਵਿੱਚ ਭਰ ਕੇ ਅੱਗੇ ਲਿਜਾਉਣ ਦੇ ਲਈ ਉਹ ਵਚਨਬੱਧ ਵੀ ਹੋਏ ਉਹਨਾਂ ਨੇ ਕਿਹਾ ਕਿ ਅਸੀਂ ਚਾਹੁੰਦੇ ਹਾਂ ਕਿ ਜਿਸ ਪਿੰਡ ਨਾਲ ਅਸੀਂ ਸੰਬੰਧ ਰੱਖਦੇ ਹਾਂ ਉਸ ਪਿੰਡ ਨੂੰ ਹੀ ਅਸੀਂ ਅਗਰ ਸਾਂਭ ਲਈਏ ਤਾਂ ਪੂਰਾ ਪੰਜਾਬ ਸਾਂਭਿਆ ਜਾ ਸਕਦਾ ਹੈ ਅੱਜ ਐਨ ਆਰ ਆਈ ਭਰਾ ਕਿਸ ਤਰੀਕੇ ਨਾਲ ਫਿਕਰ ਕਰਦੇ ਹਨ ਉਹਨਾਂ ਨੂੰ ਫਿਕਰ ਕਰਨ ਦੀ ਲੋੜ ਨਹੀਂ ਹੈਗੀ ਉਹਨਾਂ ਨੂੰ ਸਿਰਫ ਆਪਣਾ ਪਿੰਡ ਸਾਂਭਣ ਦੀ ਲੋੜ ਹੈਗੀ ਹੈ ਤਾਂ ਐਜੂਕੇਸ਼ਨ ਦੇਣ ਦੀ ਲੋੜ ਹੈਗੀ ਐ ਜੇਕਰ ਪਿੰਡ ਦੇ ਵਿੱਚ ਤੁਹਾਨੂੰ ਸਕੂਲ ਚਾਹੀਦਾ ਤਾਂ ਸਕੂਲ ਬਣਵਾਉਣ ਦੀ ਲੋੜ ਹੈਗੀ ਨਾ ਕਿ ਗੱਲ ਕਰਨ ਦੀ ਲੋੜ ਹੈਗੀ ਐ ਜੇਕਰ ਤੁਹਾਡਾ ਉੱਥੇ ਦਾ ਐਮਐਲਏ ਐਮਸੀ ਜਾਂ ਫਿਰ ਪੰਜਾਬ ਦੇ ਵਿੱਚ ਕੋਈ ਵੀ ਸਿਆਸਤਦਾਨ ਤੁਹਾਡੇ ਪਿੰਡ ਨਾਲ رابطہ ਨਹੀਂ ਰੱਖਦਾ ਤਾਂ ਖੁਦ ਉੱਥੇ ਜਾਣ ਦੀ ਲੋੜ ਹੈਗੀ ਐ ਔਰ ਉਹਨੂੰ ਗਰਾਊਂਡ ਲੈਵਲ ਦੇ ਉੱਤੇ ਕੰਮ ਕਰਨ ਦੀ ਲੋੜ ਹੈਗੀ ਤਾਂ ਸ਼ਿਕਾਗੋ ਦੀ ਜਿਹੜੀ ਲੋਕ ਸੀਗੇ ਸ਼ਿਕਾਗੋ ਏਰੀਆ ਜਿਹੜਾ ਹੈਗਾ ਉਹ ਕਾਫੀ ਪ੍ਰੋਫੈਸ਼ਨਲ ਏਰੀਆ ਹੈਗਾ ਜਿੱਥੇ ਤੁਹਾਨੂੰ ਆਈਟੀ ਕੰਪਨੀਆਂ ਜਿੱਥੇ ਤੁਹਾਨੂੰ ਗੈਸ ਸਟੇਸ਼ਨਸ ਰੈਸਟੋਰੈਂਟਸ ਔਰ ਕਈ ਸਾਰੇ ਹੋਟਲ ਬਿਜ਼ਨੈਸਸ ਕਈ ਸਾਰੇ ਐਕਸਪੋਰਟ ਇੰਪੋਰਟ ਦੇ ਬਿਜ਼ਨੈਸਸ ਸਾਡੇ ਪੰਜਾਬੀ ਭਾਈਚਾਰੇ ਵੱਲੋਂ ਵੇਖਣ ਨੂੰ ਮਿਲਣਗੇ ਮੈਕਸਿਮਮ ਜਿਹੜੇ ਪੇਸ਼ੇ ਉੱਥੇ ਹੈਗੇ ਹਨ ਜਿਹਦੇ ਵਿੱਚ ਸਾਡੇ ਪੰਜਾਬੀ ਹਨ ਉਹ ਜੌਬ ਕਰਦੇ ਹਨ ਔਰ ਜੌਬ ਸਿਰਫ ਕਿਸੇ ਕੰਪਨੀ ਦੇ ਵਿੱਚ ਹੀ ਨਹੀਂ ਸਗੋ ਆਈਟੀ ਕੰਪਨੀਆਂ ਮਲਟੀਨੈਸ਼ਨਲ ਕੰਪਨੀਆਂ ਦੇ ਵਿੱਚ ਬੈਂਕ ਦੇ ਵਿੱਚ ਕੰਮ ਕਰਦੇ ਹੋਏ ਸਾਨੂੰ ਸ਼ਿਕਾਗੋ ਦੇ ਜਿਹੜੇ ਵਸਨੀਕ ਸੀਗੇ ਉਹ ਮਿਲੇ ਸੀਗੇ ਜਿਨ੍ਹਾਂ ਵਿੱਚੋਂ ਸਾਡੇ ਪੰਜਾਬੀ ਭਾਈਚਾਰੇ ਦੇ ਲੋਕ ਬੜੇ ਹੀ ਹਰਸ਼ੁਲਾਜ਼ ਨਾਲ ਗੁਰੂ ਨਾਨਕ ਦੇਵ ਜੀ ਦਾ 550ਾ ਪ੍ਰਕਾਸ਼ ਪੁਰਬ ਵੀ ਮਨਾ ਰਹੇ ਸੀਗੇ ਸਿੱਖੀ ਸਿਧਾਂਤਾਂ ਨੂੰ ਕਿਸ ਤਰੀਕੇ ਨਾਲ ਅਸੀਂ ਜੋੜ ਕੇ ਰੱਖ ਸਕੀਏ ਉਹਦੀ ਵੀ ਗੱਲ ਸ਼ਿਕਾਗੋ ਵਿੱਚ ਕੇ ਸਾਨੂੰ ਵੇਖਣ ਨੂੰ ਮਿਲੀ ਸ਼ਿਕਾਗੋ ਤੋਂ ਬਾਅਦ ਸਾਡਾ ਕਾਰਵਾ ਪਹੁੰਚਿਆ ਸੀਗਾ ਡਿਮੋਇਨਸ ਆਇਓਵਾ ਡਿਮੋਇਨਸ ਦੇ ਵਿੱਚ ਜਦ ਅਸੀਂ ਪਹੁੰਚੇ ਸੀਗੇ ਤਾਂ ਲਗਭਗ ਡਿਮੋਇਨਸ ਦੇ ਵਿੱਚ ਬਹੁਤ ਹੀ ਛੋਟਾ ਜਿਹਾ ਸ਼ਹਿਰ ਹੈਗਾ ਬਹੁਤ ਕਟ ਗਿਣਤੀ ਦੇ ਵਿੱਚ ਸਾਡੇ ਪੰਜਾਬੀ ਪਾਈਚਾਰੇ ਦੇ ਲੋਕ ਰਹਿੰਦੇ ਹਨ ਲਗਭਗ 40 ਕੁ ਫੈਮਲੀਆਂ ਉੱਥੇ ਰਹਿੰਦੀਆਂ ਹਨ ਔਰ 40 ਕੁ ਫੈਮਲੀਆਂ ਦੇ ਵਿੱਚ ਸਾਨੂੰ ਬਹੁਤ ਸਾਰਾ ਪਿਆਰ ਵੇਖਣ ਨੂੰ ਮਿਲਿਆ ਭਾਵੇਂ ਗਿਣਤੀ ਦੇ ਵਿੱਚ ਉਹ ਘੱਟ ਸੀਗੇ ਲੇਕਿਨ ਉਹਨਾਂ ਦੇ ਦਿਲ ਬਹੁਤ ਜ਼ਿਆਦਾ ਵੱਡੇ ਸੀਗੇ ਜਿੱਥੇ ਉਹਨਾਂ ਨੇ ਸਾਡਾ ਸਵਾਗਤ ਵੀ ਕੀਤਾ ਬਹੁਤ ਵਧੀਆ ਤਰੀਕੇ ਨਾਲ ਉਹਨਾਂ ਨੇ ਸਾਨੂੰ ਵੈਲਕਮ ਕਰਦੇ ਹੋਏ ਜਸ ਪੰਜਾਬੀ ਦੀ ਛਲਾਗਾ ਕਰਦੇ ਹੋਏ ਉਹਨਾਂ ਨੇ ਕਿਹਾ ਕਿ ਅਸੀਂ ਬਹੁਤ ਸ਼ੁਕਰਗੁਜ਼ਾਰ ਹਾਂ ਕਿ ਜਸ ਪੰਜਾਬੀ ਦੀ ਟੀਮ ਸਾਡੇ ਕੋਲ ਪਹੁੰਚੀ ਹੈਗੀ ਐ ਡਿਮੋਇੰਸ 40 ਪਰਿਵਾਰਾਂ ਦੇ ਵਿੱਚ ਜਦ ਸਾਨੂੰ ਪਿਆਰ ਵੇਖਣ ਨੂੰ ਮਿਲਿਆ ਤਾਂ ਲੱਗਦਾ ਸੀਗਾ ਕਿ ਜਿੱਥੇ ਅੱਜ 40 ਪਰਿਵਾਰ ਇਕੱਠੇ ਹੋ ਕੇ ਡਿਮੋਇੰਸ ਦੇ ਵਿੱਚ ਪੰਜਾਬੀਆਂ ਦਾ ਨਾਂ ਰੋਸ਼ਨ ਕਰ ਰਹੇ ਹਨ ਤਾਂ ਸਾਡਾ ਵੀ ਜਿਹੜਾ ਸੀਨਾ ਸੀਗਾ ਉਹ ਬਹੁਤ ਹੀ ਜ਼ਿਆਦਾ ਚੌੜਾ ਹੋ ਗਿਆ ਸੀਗਾ ਕਿ ਸਾਨੂੰ ਵੀ ਲੱਗਿਆ ਸੀਗਾ ਕਿ ਅੱਜ ਇਸ ਛੋਟੇ ਸ਼ਹਿਰ ਦੇ ਵਿੱਚ ਜਿੱਥੇ ਮੱਲਾ ਮਾਰੀਆਂ ਸਾਡੇ ਭਰਾਵਾਂ ਨੇ ਤਾਂ ਕਿਉਂ ਨਾ ਅਸੀਂ ਅੱਜ ਉਹਨਾਂ ਦੇ ਕੋਲ ਪਹੁੰਚ ਕੇ ਉਹਨਾਂ ਦੀ ਹੀ ਗੱਲਾਂ ਜਾਣੀਆਂ ਔਰ ਉਹਨਾਂ ਦੇ ਹੀ ਗੱਲਾਂ ਦੇ ਉੱਤੇ ਅਸੀਂ ਵਿਚਾਰ ਕੀਤਾ ਜਿੱਥੇ ਸਾਨੂੰ ਉਹਨਾਂ ਨੇ ਦੱਸਿਆ ਕਿ ਇੱਥੇ ਜਿਹੜੇ ਸਾਡੇ ਪੰਜਾਬੀ ਭਾਈਚਾਰੇ ਦੇ ਲੋਕ ਨੇ ਉਹ ਗੈਸ ਸਟੇਸ਼ਨ ਬਿਜ਼ਨਸ ਕਈ ਸਾਰੇ ਸਾਡੇ ਜਿਹੜੇ ਭਰਾ ਸੀਗੇ ਉਹ ਬੈਂਕ ਦੇ ਵਿੱਚ ਨੌਕਰੀ ਵੀ ਕਰਦੇ ਨੇ ਔਰ ਕਈਆਂ ਦੇ ਉੱਥੇ ਹੋਟੈਲਸ ਵੀ ਸੀਗੇ ਕਈ ਉੱਥੇ ਜਿਹੜੇ ਨੇ ਉਹ ਫ੍ਰੀ ਲੈਂਸਿੰਗ ਕੰਮ ਕਰਦੇ ਹਨ ਜਿਹੜੀ ਡਿਮੋਇਨਸ ਆਇਓਵਾ ਸਟੇਟ ਹੈਗੀ ਹੈ ਸਰਦੀ ਬਹੁਤ ਹੈਗੀ ਹੈ ਉੱਥੇ ਔਰ ਮੌਸਮ ਜਿਹੜਾ ਹੈਗਾ ਉਹ ਮੈਕਸਿਮਮ ਗਰਾਵਟ ਹੀ ਉੱਥੇ ਵੇਖਣ ਨੂੰ ਮਿਲਦੀ ਹੈ ਅੱਜ ਜਦ ਅਸੀਂ ਉੱਥੇ ਪਹੁੰਚੇ ਸੀਗੇ ਤਾਂ ਸਾਨੂੰ ਵੀ ਗਿਰਾਵਟ ਵੇਖਣ ਨੂੰ ਮਿਲੀ ਸੀਗੀ ਭਾਵੇਂ ਗਿਰਾਵਟ ਸਾਨੂੰ ਮੌਸਮ ਦੇ ਵਿੱਚ ਵੇਖਣ ਨੂੰ ਮਿਲੀ ਸੀਗੀ ਲੇਕਿਨ ਸਾਡੇ ਪੰਜਾਬੀ ਭਾਈਚਾਰੇ ਦੇ ਵਿੱਚ ਗਿਰਾਵਟ ਨਹੀਂ ਉਹ ਚੜ੍ਹਦੀ ਕਲਾ ਹੀ ਵੇਖਣ ਨੂੰ ਮਿਲੀ ਸੀਗੀ ਜਿੱਥੇ ਉਹਨਾਂ ਨੇ ਆਪਣੀ ਸਿਰਫ ਗੱਲਾਂ ਦੇ ਨਾਲ ਹੀ ਨਹੀਂ ਸਗੋਂ ਜ਼ਮੀਨੀ ਪੱਧਰ ਤੇ ਕੰਮ ਆਯੋਵਾ ਡੈਮੋਇਨਸ ਵਿਖੇ 40 ਪਰਿਵਾਰਾਂ ਨੇ ਸਾਨੂੰ ਕਰਕੇ ਵੀ ਵਿਖਾਇਆ ਔਰ ਸਾਨੂੰ ਦੱਸਿਆ ਵੀ ਉਹਨਾਂ ਨੇ ਇਹ ਵੀ ਕਿਹਾ ਕਿ ਅਸੀਂ ਵਚਨਬੰਦ ਹੋ ਰਹੇ ਹਾਂ ਕਿ ਕਿਵੇਂ ਅਸੀਂ ਆਪਣੇ ਬੱਚਿਆਂ ਨੂੰ ਹੁਣ ਗੁਰਦੁਆਰੇ ਦੇ ਵੱਲ ਖਿੱਚ ਕੇ ਲੈ ਕੇ ਆਈਏ ਜਿੱਥੇ ਬੱਚੇ ਸੋਚਦੇ ਹਨ ਕਿ ਸਾਨੂੰ ਗੁਰਦੁਆਰਾ ਸਾਹਿਬ ਜਾ ਕੇ ਸਿਰਫ ਲੜਾਈ ਝਗੜੇ ਹੀ ਵੇਖਣ ਨੂੰ ਮਿਲਦੇ ਹਨ ਸਾਨੂੰ ਗੁਰੂ ਸਾਹਿਬ ਦੇ ਦਿੱਤੇ ਹੋਏ ਸਿਧਾਂਤ ਨਹੀਂ ਮਿਲਦੇ ਟੀਚਿੰਗਸ ਐਂਡ ਪ੍ਰੀਚਿੰਗਸ ਜੋ ਸਾਨੂੰ ਤੁਸੀਂ ਘਰ ਦੇ ਵਿੱਚ ਦੱਸਦੇ ਹੋ ਉਹ ਤਾਂ ਸਾਨੂੰ ਗੁਰਦੁਆਰਾ ਸਾਹਿਬ ਦੇ ਵਿੱਚ ਜਾ ਕੇ ਵਿਖਦੇ ਹੀ ਨਹੀਂ ਲੇਕਿਨ ਕੋਸ਼ਿਸ਼ ਆਇਓਵਾ ਸਿਟੀ ਆਇਓਵਾ ਸਟੇਟ ਵਿਖੇ ਡੈਮੌਇੰਟਸ ਸਿਟੀ ਵਿਖੇ 40 ਪਰਿਵਾਰਾਂ ਨੇ ਇੱਕ ਜੁੜਤਾ ਦਿਖਾਉਂਦੇ ਹੋਏ ਇਸ ਗੱਲ ਦਾ ਧਿਆਨ ਰੱਖਿਆ ਕਿ ਅਸੀਂ ਆਪਣੇ ਬੱਚਿਆਂ ਨੂੰ ਵਾਕੇ ਹੀ ਗੁਰਦੁਆਰਾ ਸਾਹਿਬਾਂ ਦੇ ਨਾਲ ਜੋੜ ਕੇ ਪੰਜਾਬੀ ਮਾਂ ਬੋਲੀ ਵੀ ਸਿਖਾਈਏ ਤੇ ਨਾਲ ਅਸੀਂ ਕਿਵੇਂ ਪ੍ਰੋਗਰੈਸਿਵ ਹੋਈਏ ਔਰ ਕਿਵੇਂ ਅਸੀਂ ਆਪਣੇ ਦੂਜੇ ਭਾਈਚਾਰੇ ਦੇ ਲੋਕ ਜੋ ਕਿ ਆਇਓਵਾ ਸਟੇਟ ਡੈਮੋਨ ਸਿਟੀ ਵਿਖੇ ਆ ਕੇ ਸੈਟਲ ਹੋਣਾ ਚਾਹੁੰਦੇ ਹਨ ਤਾਂ ਉੱਥੇ ਵੀ ਖਾਸ ਤੌਰ ਦੇ ਉਤੇ ਪ੍ਰਬੰਧ ਜਿਹੜਾ ਹੈਗਾ ਭਰਾਵਾਂ ਵੱਲੋਂ ਸਾਡੇ ਕੀਤਾ ਗਿਆ ਜੇਕਰ ਤੁਸੀਂ ਸੋਚ ਵੀ ਰਹੇ ਹੋ ਆਇਓਵਾ ਡੈਮੋਨਸ ਜਾਣ ਦਾ ਤਾਂ ਉੱਥੇ ਕਈ ਸਾਰੀ ਓਪਰਚ्युनिटीਜ਼ ਹੈਗੀਆਂ ਕਿਉਂਕਿ ਉੱਥੇ ਕੰਪੀਟੀਸ਼ਨ ਇੰਨਾ ਨਹੀਂ ਹੈਗਾ ਉੱਥੇ ਗੈਸ ਸਟੇਸ਼ਨ ਰੈਸਟੋਰੈਂਟ ਬਿਜ਼ਨਸ ਤੇ ਨਾਲ ਗਰੋਸਰੀ ਸਟੋਰਸ ਜੇਕਰ ਤੁਸੀਂ ਹੋਰ ਵੀ ਕਿਸੇ ਬਿਜ਼ਨਸ ਦੇ ਵਿੱਚ ਹੱਥ ਮਾਰਨਾ ਚਾਹੁੰਦੇ ਹੋ ਤਾਂ ਉੱਥੇ ਓਪਰਚ्युनिटीਜ਼ ਬਹੁਤ ਸਾਰੀਆਂ ਤੁਹਾਨੂੰ ਵੇਖਣ ਨੂੰ ਮਿਲਣਗੀਆਂ ਤੇ ਜੇਕਰ ਤੁਸੀਂ ਕਿਸੇ ਵੀ ਗੱਲ ਨੂੰ ਲੈ ਕੇ ਅਮਰੀਕਾ ਦੀ ਧਰਤੀ ਦੇ ਉੱਤੇ ਆ ਕੇ ਵਸੇ ਹੋ ਤਾਂ ਤੁਹਾਨੂੰ ਘਬਰਾਉਣ ਦੀ ਲੋੜ ਨਹੀਂ ਹੈ ਮੈਂ ਕੱਲੀ-ਕੱਲੀ ਸਿਟੀ ਦਾ ਤੁਹਾਨੂੰ ਅੱਜ ਵੇਰਵਾ ਦਵਾਂਗਾ ਕਿ ਕਿੱਥੇ ਕੰਪੀਟੀਸ਼ਨ ਜ਼ਿਆਦਾ ਵੇਖਣ ਨੂੰ ਮਿਲਿਆ ਕਿੱਥੇ ਸਾਨੂੰ ਵੇਖਣ ਨੂੰ ਮਿਲਿਆ ਕਿ ਕਾਰੋਬਾਰ ਦੇ ਵਿੱਚ ਜੇਕਰ ਤੁਸੀਂ ਹੱਥ ਪਾਉਂਦੇ ਹੋ ਤਾਕੀ ਵੀ ਤੁਸੀਂ ਅੱਗੇ ਵੱਧ ਸਕਦੇ ਹੋ ਤੇ ਹੁਣ ਇਸ ਤੋਂ ਬਾਅਦ ਸਾਡੀ ਜੀਜੀ ਟੀਮ ਸੀਗੀ ਉਹ ਕੈਂਸਰਸ ਮੋਚੀ ਸੀਗੀ ਕੈਂਸਰਸ ਦਾ ਮੈਂ ਵੇਰਵਾ ਤੁਹਾਨੂੰ ਦਵਾਗਾ ਕਿ ਸਾਡੇ ਜਿਹੜੇ ਪੰਜਾਬੀ ਭਰਾ ਨੇ ਉਹ ਕਿਸ ਬਿਜ਼ਨਸ ਦੇ ਵਿੱਚ ਜ਼ਿਆਦਾ ਹਨ ਔਰ ਕੀ ਕੁਝ ਤਬਦੀਲੀਆਂ ਉੱਥੇ ਸਾਡੇ ਭਰਾਵਾਂ ਨੇ ਆ ਕੇ ਕੀਤੀਆਂ ਔਰ ਕੀ ਕੁਝ ਉਸ ਸਿਟੀ ਦੇ ਵਿੱਚ ਅੱਗੇ ਆ ਕੇ ਅਸੀਂ ਕਰ ਸਕਦੇ ਹਾਂ ਜੇਕਰ ਸੈਟਲ ਹੋਂਦੀ ਅਸੀਂ ਸੋਚ ਰਹੇ ਹਾਂ ਕੈਂਸਰਸ ਵਿਕੇ ਫਿਲਹਾਲ ਮੈਂ ਰੁਕ ਰਿਹਾ ਇੱਕ ਬ੍ਰੇਕ ਲਈ ਬ੍ਰੇਕ ਤੋਂ ਬਾਅਦ ਜਦ ਵਾਪਸ ਆਵਾਂਗਾ ਦਵਾਗਾ ਤੁਹਾਨੂੰ ਹੋਰ ਸਿਟੀਆਂ ਦਾ ਵੇਰਵਾ ਵਾਈਜ਼ ਬ੍ਰੇਕ ਤੋਂ ਬਾਅਦ ਆਹ ਦੋਸਤੋ ਮੇਰੇ ਨਾਲ ਕਈ ਸਾਰੇ ਕਾਲਰ ਸਿਸਟਮ ਜੁੜੇ ਹੋਏ ਹਨ ਉਹਨਾਂ ਦਾ ਵੀ ਮੈਂ ਕਾਲ ਜਰੂਰ ਲੈਣਾ ਚਾਹੁੰਦਾ ਤੇ ਨਾਲ ਤੁਹਾਨੂੰ ਦੱਸ ਦਈਏ ਕਿ ਜਸ ਕ੍ਰਾਸ ਕੰਟਰੀ ਰੋਡ ਟ੍ਰਿਪ 2019 ਪਾਵਰਡ ਬਾਈ ਸਲਿੰਗ ਦੇ ਤਹਿਤ ਵੀ ਸ਼ਹਿਰਾਂ ਦੇ ਵਿੱਚ ਅਸੀਂ ਸ਼ਿਰਕਤ ਕੀਤੀ ਸੀਗੀ 25 ਦਿਨਾਂ ਦੇ ਵਿੱਚ ਬਾਈ ਰੋਡ ਅਸੀਂ ਵਕ ਵਕ ਸਟੇਟਾਂ ਦੇ ਵਿੱਚ ਸਿਟੀਜ਼ ਦੇ ਵਿੱਚ ਜਾ ਕੇ ਮੁੱਦਾ ਪ੍ਰੋਗਰਾਮ ਬਕਾਇਦਾ ਤੌਰ ਤੇ ਉੱਤੇ ਅਸੀਂ ਕੀਤਾ ਤੇ ਨਾਲ ਹੀ ਅਸੀਂ ਕਮਿਊਨਿਟੀ ਨੂੰ ਵੀ ਮਿਲੇ ਜਿੱਥੇ ਅਸੀਂ ਹੋਰ ਵੀ ਸਾਡੇ ਵਕ ਵਕ ਪ੍ਰੋਗਰਾਮ ਜਿੱਥੇ ਜਾਏ ਵਹੇ ਮੇਰਾ ਸਤਿਗੁਰੂ ਤੇ بزਨਸ ਆਫ ਦਾ ਵੀਕ ਤੇ ਮੇਰੀ ਕਹਾਣੀ ਮੇਰੀ ਜ਼ੁਬਾਨੀ ਤਹਿਤ ਅਸੀਂ ਕਈ ਸਾਰੇ ਪ੍ਰੋਗਰਾਮ ਕੀਤੇ ਸਾਨੂੰ ਆਪਣੀ ਕਮਿਊਨਿਟੀ ਨੂੰ ਜਾਣਨ ਦਾ ਮੌਕਾ ਮਿਲਿਆ ਔਰ ਸਾਡੀ ਕਮਿਊਨਿਟੀ ਨੂੰ ਜਸ ਪੰਜਾਬੀ ਦੇ ਕੰਮ ਨੂੰ ਜਾਣਨ ਦਾ ਮੌਕਾ ਮਿਲਿਆ ਤੇ ਵਕ ਵਕ ਸ਼ਹਿਰਾਂ ਦੀ ਮੈਂ ਗੱਲ ਤੁਹਾਡੇ ਨਾਲ ਕਰ ਰਿਹਾ ਸੀਗਾ ਮੈਂ ਕੈਂਸਰ ਦੀ ਗੱਲ ਤੁਹਾਡੇ ਨਾਲ ਸ਼ੁਰੂ ਕਰਨੀ ਸੀਗੀ ਲੇਕਿਨ ਮੈਂ ਚਾਹੁੰਨਾ ਕਿ ਤੁਸੀਂ ਵੀ ਸਾਨੂੰ ਕਾਲ ਕਰ ਰਹੇ ਹੋ ਤੇ ਮੈਂ ਤੁਹਾਨੂੰ ਮੁੱਖ ਰੱਖਦੇ ਹੋਏ ਤੁਹਾਡੇ ਵੀ ਮੈਂ ਵਿਚਾਰ ਜਿਹੜੇ ਨੇ ਜ਼ਰੂਰ ਸੁੰਣਾ ਚਾਹੁੰਨਾ ਸਸਿਕਾਲ ਜੀ ਤੁਸੀਂ ਆਨ 에ਰ ਹੋ ਕੌਣ ਬੋਲ ਰਿਹਾ ਕਿੱਥੋਂ ਬੋਲ ਰਿਹਾ ਸਤਿ ਸ਼੍ਰੀ ਅਕਾਲ ਰਾਜਕੁਮਾਰ ਸਾਹਿਬ ਠੀਕ ਹਾਂ ਬਿਲਕੁਲ ਠੀਕ ਹੈ ਜੀ ਪਰ ਇੱਕ ਬਹੁਤ ਵੱਡੀ ਤੇ ਬੜੀ ਪੇਸ਼ ਵਾਲੀ ਗੱਲ ਕਰਨੀ ਸੀ ਤੁਹਾਡੇ ਨਾਲ ਹਾਂ ਜੀ ਦੱਸੋ ਜੀ ਕਦੀ ਕਦੀ ਵੀ ਤੁਹਾਨੂੰ ਮੇਰੇ ਟਾਈਮ ਤੇ ਮੈਨੂੰ ਕਾਲ ਕਰਿਆ ਜੀ ਮੇਰਾ ਫੋਨ ਨੰਬਰ ਲੈ ਲ लीजिए ਠੀਕ ਹੈ ਜੀ ਠੀਕ ਹੈ ਜੀ ਠੀਕ ਹੈ ਜੀ ਕੋਈ ਮੇਰੀ ਬੜੀ ਵੱਡੀ ਮਦਦ ਦੀ ਲੋੜ ਹੈ ਮੈਨੂੰ ਠੀਕ ਹੈ ਜੀ ਠੀਕ ਹੈ ਜੀ ਤੁਹਾਡੇ ਸੰਪਰਕ ਵਿੱਚ ਬਹੁਤ ਸਾਰੇ ਲੋਕ ਨੇ ਜਿਹੜੇ ਉਹ ਕੰਮ ਕਰ ਸਕਦੇ ਨੇ ਜਰੂਰ ਜੀ ਜਰੂਰ ਅਸੀਂ ਜਰੂਰ ਤੁਹਾਡੇ ਕੋਲ ਆਵਾਂਗੇ ਔਰ ਤੁਹਾਨੂੰ ਦਾ ਦੇਸੀ ਦੇ ਸਮਰਥਨ ਦੀ ਬਹੁਤ ਬਹੁਤ ਵਧਾਈ ਹੋਵੇ ਸਾਰਿਆਂ ਨੂੰ ਆਨੂ ਵੀ ਬਹੁਤ ਬਹੁਤ ਮੁਬਾਰਕ ਹੋਏ ਜੀ ਤੇ ਜੰਮੇ ਆ ਰੋਕ ਰਹੇ ਹਮਨ ਟੋਕ ਹਮਨ ਦਾ ਕਿ ਇਹ ਜੰਮੇ ਰਾਜਨ ਬਿਲਕੁਲ ਮੈਂ ਉਹਨਾਂ ਉਹਨਾਂ ਦੇ ਪੈਰੋ ਠਰਾ ਰਿਆਂ ਜੀ ਮੈਂ ਤੇ ਜੀ ਮਾਨਾਂ ਵਿੱਚ ਜੀ 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 ਮੈਂ ਤੇ ਹਰ ਰੋਜ਼ ਇਨਸਾਨੀਅਤ ਦਾ ਪ੍ਰਭੰਗਣ ਵਾਲਾ ਤੇ ਸੱਚੀ ਬੋਲਦਾ ਮੈਂ ਛੁਟਕੌੜਦਾ ਨਹੀਂ ਕਿ ਮੇਰੀ ਵਾਈਫ ਹੈ ਵਾਈਫ ਨਾਲ ਰਹਿੰਦੀ ਹੈ ਹੂੰ ਤੇ ਮੈਰਿਟਰੀ ਆਇਆ ਮੈਂ ਸੀ ਸਿਟੀਜ਼ਨ ਅਸੀਂ ਐਸਿਊਜਨ ਵਿੱਚ ਬੈਸੈਂਜ ਦੇ ਵਿੱਚ ਆ ਗਏ ਸਕਦੇ ਹਾਂ ਕੋਈ ਨਹੀਂ ਤੁਸੀਂ ਮੈਨੂੰ ਮੈਨੂੰ ਤੁਸੀਂ ਰਾਜਕੁਮਾਰ ਸਾਹਿਬ ਤੁਸੀਂ ਮੈਨੂੰ ਜਾਂ ਤੇ ਈਮੇਲ ਕਰ ਦਿਓ ਮੈਂ ਤੁਹਾਨੂੰ ਰਿਸਪੌਂਡ ਕਰਾਂਗਾ ਜਰੂਰ ਈਮੇਲ ਦੇਤੇ ਤੁਸੀਂ ਮੇਰੀ ਈਮੇਲ ਨੋਟ ਕਰ ਸਕਦੇ ਹੋ ਟੀਵੀ ਸਕਰੀਨ ਦੇ ਉੱਤੇ ਹਰਕੀਰਤ@jassbroadcasting.com ਔਰ ਅਸੀਂ ਜਰੂਰ ਜਾਨਣਾ ਚਾਹਵਾਂਗੇ ਕਿ ਕੀ ਕੁਝ ਤੁਹਾਡੇ ਨਾਲ ਵਾਪਰ ਰਿਹਾ ਹੈ ਔਰ ਅਸੀਂ ਮੈਗਨੀਫਾਈ ਕਰ ਰਹੇ ਹਾਂ ਕਿ ਮੇਰੇ ਕੋਲ ਬਰਕਪੁਰ ਮੈਸਜ ਹੈ ਜੀ ਬਰਕਪੁਰ ਦੀ ਵੈਰੀ ਜੋੜ ਹੈ ਮੈਂ ਕੰਮ ਨਹੀਂ ਕਰ ਸਕਦਾ ਭਾਵੇਂ ਕਿ ਉਹਨਾਂ ਦੇ ਬਾਵਜੂਦ ਹੀ ਜੀ ਮੈਂ ਸਭ ਕੁਝ ਇਚੇ ਕਰ ਸਕਦਾ ਹਾਂ ਐਵਰੀ ਸਟੇਜ ਆਈ ਕੈਨ ਡੂ ਜੀ ਬਟ ਸਭ ਤੋਂ ਵੱਡੀ ਵਰਕ ਪਰਮਿਟ ਜੀ 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 ਮੈਨੂੰ ਕੱਢੂ ਇਸ ਸਮੇਂ ਛੋਟ ਤੋਂ ਮੈਂ ਕਿਵੇਂ ਕਰਦਾ ਤੁਸੀਂ ਆਪਣੀ ਈਮੇਲ ਜਿਹੜੀ ਹੈਗੀ ਹੈ ਉਹਦੇ ਉੱਤੇ ਜਾ ਕੇ ਮੈਨੂੰ ਈਮੇਲ ਕਰ ਦਿਓ ਔਰ ਅਸੀਂ ਵਰਕ ਪਰਮਿਟ ਤਾਂ ਤੁਹਾਨੂੰ ਦਵਾ ਨਹੀਂ ਸਕਦੇ ਪਰ ਜੇਕਰ ਤੁਹਾਡੀ ਵਾਕਈ ਹੀ ਕੋਈ ਲੀਗਲ ਪ੍ਰੋਬਲਮ ਹੈਗੀ ਹੈ ਤਾਂ ਤੁਹਾਡਾ رابطہ ਜਰੂਰ ਕਰਵਾ ਸਕਦੇ ਕਿਸੇ اٹਰਨੀ ਦੇ ਨਾਲ ਬਿਲਕੁਲ ਜੀ ਬਿਲਕੁਲ ਜੀ ਜੀ ਮੈਂ ਉਹ ਵੀ ਤੁਹਾਡੇ ਕੋਲੋਂ ਚਾਹਨਾ ਸੀ ਆਪਣੇ ਬੰਦੇ ਹੋਣ ਜਿਹੜੇ ਫੇਟ ਨਹੀਂ ਨਾ ਜਿੱਦਾ ਮੈਂ ਪਰਲ ਤੇ ਆਇਆ ਜੀ ਉਸ ਮੈਂ ਹੋਰ ਨਾਲ ਥਾ ਹੋਵਾਂ ਜੀ ਆਪਣੇ ਬੰਦੇ ਕੋਲ ਸਿੱਧਾ ਮੇਰੇ ਮਿਹਰਬਾਨੀ ਤੁਹਾਡੀ ਰਾਜਕੁਮਾਰ ਸਾਹਿਬ ਮਿਹਰਬਾਨੀ ਤੁਹਾਡੀ ਤੁਸੀਂ ਕਾਲ ਕਰਕੇ ਬਹੁਤ ਬਹੁਤ ਸ਼ੁਕਰੀਆ ਆਪਣੇ ਵਿਚਾਰ ਕੀਤੇ ਤੇ ਨਾਲੇ ਮੈਂ ਆਪਣੇ ਦਰਸ਼ਕਾਂ ਨੂੰ ਵੀ ਦਰਖਾਸਤ ਕਰਾਂਗਾ ਕਿ ਜਸ ਬ੍ਰਾਡਕਾਸਟਿੰਗ ਪਿਛਲੇ 12 ਸਾਲਾਂ ਤੋਂ ਹੋਣ ਦੇ ਵਿੱਚ ਇਸ ਕਰਕੇ ਹੀ ਆਇਆ ਸੀਗਾ ਤਾਂ ਕਿ ਅਸੀਂ ਆਪਣੀ ਕਮਿਊਨਿਟੀ ਨੂੰ ਜੋੜ ਸਕੀਏ ਅ ਟੁਗੇਦਰਨੈਸ ਜਿਹੜੀ ਹੈਗੀ ਹੈ ਉਹ ਜ਼ਰੂਰ ਆਏ ਕਿਉਂਕਿ ਬਹੁਤ ਲੋੜ ਸੀਗੀ ਉਸ ਕੁਝ ਸਮਾਂ ਪਹਿਲਾਂ ਜਦ 12 ਸਾਲ ਪਹਿਲਾਂ ਸਾਡੇ ਸੀਈਓ ਪੈਨੀਕੇ ਸੰਧੂ ਜਦ ਉਹਨਾਂ ਨੂੰ ਅ ਇਸ ਗੱਲ ਦਾ ਪਤਾ ਚੱਲਿਆ ਕਿ ਸਾਡਾ ਕੋਈ ਆਪ ਦਾ ਖੁਦ ਦਾ ਚੈਨਲ ਨਹੀਂ ਹੈਗਾ ਜੋ ਕਿ ਆਪਣੀ ਗੱਲ ਸਕੇ ਆਪਣੀ ਗੱਲ ਕਰ ਸਕੇ ਨਾਲੇ ਪੰਜਾਬੀਅਤ ਦੀ ਗੱਲ ਕਰ ਸਕੇ ਪੰਜਾਬ ਦੀ ਗੱਲ ਕਰ ਸਕੇ ਇੱਥੇ ਦੇ ਇਸ਼ੂਜ਼ ਦੀ ਗੱਲ ਕਰ ਸਕੇ ਲੋਕਲ ਗੱਲਾਂ ਅਸੀਂ ਕਰ ਸਕੀਏ ਕਿਉਂਕਿ ਅਸੀਂ ਜ਼ਰੂਰ ਵਚਨ ਬਣਤਾ ਹੈਗੇ ਔਰ ਫਿਕਰਮੰਦ ਵੀ ਹੈਗੇ ਆ ਜੋ ਕਿ ਸਾਡੇ ਭਰਾਵਾਂ ਨਾਲ ਵਾਪਰਦਾ ਹੈ ਭਾਰਤ ਦੇ ਵਿੱਚ ਲੇਕਿਨ ਜਦ ਅਸੀਂ ਇੱਥੇ ਆ ਕੇ ਵਸ ਗਏ ਆ ਤੇ ਇੱਥੇ ਦੀ ਗੱਲਾਂ ਕਰਨੀਆਂ ਵੀ ਸਾਡੇ ਲਈ ਲਾਜ਼ਮੀ ਹੈ ਜ਼ਰੂਰੀ ਹੈ ਤਾਂ ਇਹਨਾਂ ਸਾਰੀ ਗੱਲਾਂ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਸਾਡੇ ਸੀਈਓ ਯਤਨਸ਼ੀਲ ਹੋਏ ਔਰ ਉਹਨਾਂ ਨੇ ਇਸ ਗੱਲ ਦੀ ਫਿਕਰ ਕਰਦੇ ਹੋਏ ਇਸ ਆਧਾਇਰੇ ਦਾ ਜਿਹੜਾ ਹੈਗਾ ਉਹ ਨੀਂਵ ਪੱਥਰ ਰੱਖਿਆ ਨੀਂਵ ਪੱਥਰ ਰੱਖਣ ਤੋਂ ਬਾਅਦ ਅਸੀਂ ਤੁਹਾਡੇ ਵਿੱਚ ਵੀ ਪਹੁੰਚੇ ਤੁਹਾਡੀਆਂ ਗੱਲਾਂ ਵੀ ਕੀਤੀਆਂ ਤੇ ਹੁਣ ਕੋਸ਼ਿਸ਼ ਇਸ ਵਾਰ ਇਸ ਸਾਲ ਇਸ ਰੂਟ ਟ੍ਰਿਪ ਦੀ ਇਹੀ ਸੀਗੀ ਕਿ ਤੁਹਾਡੇ ਕੋਲ ਪਹੁੰਚ ਕੇ ਅਸੀਂ ਤੁਹਾਨੂੰ ਦੂਜੇ ਸ਼ਹਿਰਾਂ ਦੇ ਵਿੱਚ ਵਸਦੇ ਪੰਜਾਬੀਆਂ ਦੇ ਨਾਲ ਅਸੀਂ ਕਨੈਕਟ ਕਰਾ ਸਕੀਏ ਤਾਂ ਕਿ ਤੁਸੀਂ ਵੀ ਅੱਗੇ ਆਪਣਾ ਰੋਡ ਮੈਪ ਤਿਆਰ ਕਰ ਸਕੋ ਤੁਹਾਨੂੰ ਵੀ ਪਤਾ ਚੱਲੇ ਕਿ ਇਸ ਸਿਟੀ ਦੇ ਵਿੱਚ ਕੌਣ ਰਹਿੰਦਾ ਔਰ ਇਸ ਸਿਟੀ ਦੇ ਵਿੱਚ ਜਿਹੜੇ ਸਾਡੇ ਪੰਜਾਬੀ ਭਾਈਚਾਰੇ ਦੇ ਵਸਨੀਕ ਹਨ ਉਹ ਕੀ ਕੰਮ ਕਰਦੇ ਹਨ ਔਰ ਉਹਨਾਂ ਦਾ ਫਿਊਚਰ ਪਲਾਨ ਕੀ ਹੈਗਾ ਤਾਂ ਕਿ ਤੁਸੀਂ ਨਾਲ ਕਨੈਕਟ ਹੋ ਕੇ ਇੱਕ ਹੀ ਦਿਸ਼ਾ ਦੇ ਵੱਲ ਤੁਰ ਸਕੋ ਤੇ ਇੱਕ ਦਿਸ਼ਾ ਦੇ ਵੱਲ ਤੁਰਨ ਦੇ ਲਈ ਤੁਹਾਨੂੰ ਇਕੱਠੇ ਹੋਣ ਦੀ ਲੋੜ ਹੈ ਔਰ ਤੁਸੀਂ ਕਿਵੇਂ ਇਕੱਠੇ ਹੋ ਸਕਦੇ ਹੋ ਅਸੀਂ ਗੱਲਾਂ ਤਾਂ ਕਰਦੇ ਆ ਕਿ ਸਾਨੂੰ ਇਕੱਠਾ ਹੋਣਾ ਹੈ ਇਕੱਠਾ ਹੋਣਾ ਇਕੱਠਾ ਹੋਣਾ ਕੋਸ਼ਿਸ਼ ਅਸੀਂ ਵੀ ਕਰ ਰਹੇ ਹਾਂ ਮੀਡੀਆ ਹਾਊਸ ਹੋਣ ਦੇ ਨਾਲ ਨਾਲ ਜਿੱਥੇ ਸਾਡੀ ਜ਼ਿੰਮੇਵਾਰੀ ਬਣਦੀ ਹੈ ਕਿ ਅਸੀਂ ਕਮਿਊਨਿਟੀ ਨੂੰ ਇਕੱਠਾ ਕਰ ਸਕੀਏ ਉੱਥੇ ਮੈਨੂੰ ਲੱਗਦਾ ਹੈ ਕਿ ਤੁਹਾਡੀ ਜ਼ਿੰਮੇਵਾਰੀ ਵੀ ਬਣਦੀ ਹੈ ਨਿੱਜੀ ਤੌਰ ਤੇ ਕਿ ਤੁਸੀਂ ਵੀ ਕਮਿਊਨਿਟੀ ਨੂੰ ਇਕੱਠਾ ਕਰਨ ਦੇ ਲਈ ਕੁਝ ਅਜਿਹੇ ਰੋਡ ਮੈਪ ਬਣਾਓ ਤਾਂ ਕਿ ਸਾਰੀ ਕਮਿਊਨਿਟੀ ਇਕੱਠੀ ਹੋ ਕੇ ਇੱਕ ਹੀ ਦਿਸ਼ਾ ਦੇ ਵੱਲ ਤੁਰ ਸਕੇ ਅੱਜ ਅਸੀਂ ਇੱਕ ਦਿਸ਼ਾ ਦੇ ਵੱਲ ਤੁਰਨਾ ਚਾਹੁੰਦੇ ਹਾਂ ਉਸ ਗੱਲ ਨੂੰ ਔਰ ਉਸ ਟਾਰਗੇਟ ਨੂੰ ਹਾਸਿਲਤਾ ਕਰਨਾ ਚਾਹੁੰਦੇ ਹਾਂ ਲੇਕਿਨ ਅਸੀਂ ਇਕੱਠਾ ਤੁਰਨਾ ਕਰ ਸਿਖਾਂਗੇ ਔਰ ਕਦ ਅਸੀਂ ਇਕੱਠੇ ਤੁਰਾਂਗੇ ਇਹ ਆਹ ਜ਼ਿਹਨ ਦੇ ਵਿੱਚ ਅਸੀਂ ਸਵਾਲ ਲੈ ਕੇ ਰੋਡ ਦੇ ਉੱਤੇ ਗਏ ਸੀਗੇ ਤਾਂ ਕਿ ਅਸੀਂ ਕਮਿਊਨਿਟੀ ਸਪਿਰਟ ਦੇ ਨਾਲ-ਨਾਲ ਕਮਿਊਨਿਟੀ ਟੁਗੇਦਰਨੈਸ ਟੂ ਬ੍ਰਿੰਗ ਦ ਕਮਿਊਨਿਟੀ ਟੁਗੇਦਰ ਇਹ ਮਾਨਸਿਕਤਾ ਸੀ ਬਣਾ ਕੇ ਗਏ ਸੀਗੇ ਜਿੱਥੇ ਅਸੀਂ ਚੌਥੇ ਦਿਨ ਜਦ ਕੈਂਸਸ ਪਹੁੰਚੇ ਤਾਂ ਸਾਨੂੰ ਬਹੁਤ ਸਾਰਾ ਹੁੰਗਾਰਾ ਸਾਡੀ ਭਾਈਚਾਰੇ ਵੱਲੋਂ ਵੇਖਣ ਨੂੰ ਮਿਲਿਆ ਜਿੱਥੇ ਅਸੀਂ ਗੁਰਦੁਆਰਾ ਸਾਹਿਬ ਦੇ ਵਿੱਚ ਕੈਂਸਸ ਸਿਟੀ ਦੇ ਗੁਰਦੁਆਰਾ ਸਾਹਿਬ ਦੇ ਵਿੱਚ ਅਸੀਂ ਪਹੁੰਚੇ ਸੀਗੇ ਜਿੱਥੇ ਅਸੀਂ ਭਾਈਚਾਰੇ ਦੇ ਨਾਲ ਗੱਲ ਕੀਤੀ ਔਰ ਕਿਵੇਂ ਉਹ ਗੁਰਦੁਆਰਾ ਸਾਹਿਬ ਹੋਣ ਦੇ ਵਿੱਚ ਆਇਆ ਔਰ ਕਿਵੇਂ ਉਹ ਗੁਰਦੁਆਰਾ ਸਾਹਿਬ ਹੁਣ ਇੱਕ ਥਾਂ ਤੋਂ ਕਿਉਂਕਿ ਹੁਣ ਉਹ ਜ਼ਰੂਰਤ ਪੈ ਗਈ ਕੈਂਸਰ ਸਿਟੀ ਵਿਖੇ ਕਿਉਂਕਿ ਸਾਡੇ ਲਗਭਗ 400 ਫੈਮਿਲੀਜ਼ ਕੈਂਸਰ ਸਿਟੀਆਂ ਵਿਖੇ ਰਹਿੰਦੀਆਂ ਹਨ ਜਿਦੇ ਵਿੱਚ ਕਈ ਸਾਰੇ ਸਾਡੇ ਭਾਈਚਾਰੇ ਦੇ ਲੋਕ ਯੂਨੀਵਰਸਿਟੀ ਦੇ ਵਿੱਚ ਰਿਸਰਚਰ ਸਾਇੰਟਿਸਟ ਤੇ ਡਾਕਟਰ ਤੇ ਨਾਲ ਲੈਕਚਰਰ ਨੇ ਤੇ ਨਾਲ ਕਈਆਂ ਦੇ ਟਰੱਕਿੰਗ ਬਿਜ਼ਨਸ ਹਨ ਤੇ ਕਈਆਂ ਦੇ ਆਪਣੇ ਆਪ ਦੇ ਜਿਹੜੇ ਨਿੱਜੀ ਬਿਜ਼ਨੈਸ ਹਣ ਉਹਨਾਂ ਨੂੰ ਰਨ ਕਰਦੇ ਹਨ ਭਾਵੇਂ ਉਹ ਗ੍ਰੋਸਰੀ ਸਟੋਰ ਹੋਵੇ ਭਾਵੇਂ ਉਹ ਗੈਸ ਸਟੇਸ਼ਨ ਹੋਵੇ ਤਾਂ ਹੁਣ ਕੈਂਸਰ ਸਿਟੀ ਵਿਖੇ ਵੀ ਇੱਕ ਵੱਡੇ ਪੱਧਰ ਤੇ ਗੁਰਦੁਆਰਾ ਸਾਹਿਬ ਦਾ ਨਿਰਮਾਣ ਹੋਣ ਜਾ ਰਿਹਾ ਹੈ ਉਹ ਵੀ ਸਾਨੂੰ ਜਾਣਨ ਦਾ ਮੌਕਾ ਮਿਲਿਆ ਕਿਉਂਕਿ ਉੱਥੇ ਉੱਥੇ ਦੀ ਨੀਅਰ ਨੇਬਰਹੂਡ ਜਿਹੜੀ ਸਿਟੀਆਂ ਹੈਗੀਆਂ ਜਿਹੜੀ ਸਟੇਟਸ ਹੈਗੀਆਂ ਉੱਥੇ ਕਾਫੀ ਜ਼ਰੂਰਤ ਸੀਗੀ ਜਿੱਥੇ ਆਪ ਦਾ ਕਮਿਊਨਿਟੀ ਸੈਂਟਰ ਹੋਵੇ ਆਪ ਦਾ ਗੁਰਦੁਆਰਾ ਸਾਹਿਬ ਹੋਵੇ ਜਿੱਥੇ ਅਮਰੀਕਨ ਪੋਲਿਟਿਕਸ ਦੇ ਵਿੱਚ ਵੀ ਸਾਡੇ ਬੱਚਿਆਂ ਨੂੰ ਲਜਾਉਣ ਦੀ ਕੋਵਾਇਦ ਕੈਂਸਰ ਸਿਟੀ ਵੀ ਕੇ ਸਾਨੂੰ ਵੇਖਣ ਨੂੰ ਮਿਲੀ ਮੇਨਸਟ੍ਰੀਮ ਪੋਲਿਟਿਕਸ ਦੇ ਵਿੱਚ ਸਾਡੇ ਬੱਚੇ ਕਿਵੇਂ ਜਾਣ ਔਰ ਕਿਵੇਂ ਅਮਰੀਕਨ ਪੋਲਿਟਿਸ਼ੀਅਨਸ ਜਿਹੜੇ ਨੇ ਕੈਂਸਰ ਸਿਟੀ ਵਿਖੇ ਉਹ ਕਿਵੇਂ ਸਿੱਖਾਂ ਨੂੰ ਰਿਕੋਗਨਾਈਜ਼ ਕਰਨ ਉਹਦੇ ਲਈ ਵੀ ਕਾਫੀ ਸਾਰਾ ਰੋਡ ਮੈਪ ਜਿਹੜਾ ਹੈ ਉਹ ਬਣਾਇਆ ਗਿਆ ਸੀਗਾ ਔਰ ਜਦ ਅਸੀਂ ਕੈਂਸਰ ਸਿਟੀ ਵਿਖੇ ਵਕ ਵਕ ਅਧਾਰਿਆਂ ਦੇ ਨਾਲ ਗੱਲ ਕੀਤੀ ਤਾਂ ਉਹਨਾਂ ਦਾ ਇਹੀ ਟੀਚਾ ਸੀਗਾ ਕਿ ਅਸੀਂ ਕਮਿਊਨਿਟੀ ਨੂੰ ਨਾਲ ਜੋੜਨਾ ਚਾਹੁੰਦੇ ਆਂ ਔਰ ਅਸੀਂ ਦੱਸਣਾ ਚਾਹੁੰਦੇ ਆਂ ਦੂਜੇ ਭਾਈਚਾਰੇ ਨੂੰ ਵੀ ਕਿ ਅਸੀਂ ਕੌਣ ਆ ਅਸੀਂ ਕਿੱਥੋਂ ਆਏ ਆ ਔਰ ਅਸੀਂ ਕਰਦੇ ਕੀ ਆ ਔਰ ਸਾਡਾ ਜਿਹੜਾ ਪ੍ਰਭਾਵ ਹੈ ਉਹ ਅਸੀਂ ਕਿਵੇਂ ਉਹਨੂੰ ਹੋਰ ਮਜ਼ਬੂਤ ਕਰ ਸਕਦੇ ਆਂ ਤਾਂ ਇਹ ਇਸ਼ੂਜ਼ ਜਿਹੜੇ ਸੀਗੇ ਕੈਂਸਰ ਸਿਟੀ ਵਿਖੇ ਸਾਨੂੰ ਵਿਖਣ ਨੂੰ ਮਿਲੇ ਕਾਲਰਸ ਮੇਰੇ ਨਾਲ ਜੁੜੇ ਹੋਏ ਹਨ ਮੈਂ ਕਾਲਰਸ ਦੀ ਵੀ ਕਾਲ ਵਿੱਚ ਵਿੱਚ ਜਰੂਰ ਲੈਣਾ ਚਾਹਣਾ ਸਤਿ ਸ਼੍ਰੀ ਅਕਾਲ ਜੀ ਤੁਸੀਂ ਆਨ 에ਰ ਨੂੰ ਕੌਣ ਬੋਲ ਰਿਹਾ ਕਿੱਥੋਂ ਬੋਲ ਰਿਹਾ ਮੈਂ ਹਰਬਖਸ਼ ਸਿੰਘ ਚਾਲ ਬੋਲ ਰਹਾ ਜੀ ਫੀਨਿਕਸ ਅਰੀਜ਼ੋਨਾ ਤੋਂ ਸਸਕਾਲ ਹਰਬਖਸ਼ ਸਿੰਘ ਜੀ ਠੀਕ ਹਾਂ ਠੀਕ ਹੈ ਜੀ ਕਿਰਪਾ ਤੁਹਾਡੀ ਮੈਂ ਤੁਹਾਡਾ ਥੈਂਕ ਯੂ ਕਰਨਾ ਚਾਹੁੰਦਾ ਤੁਸੀਂ ਇੱਧਰ ਦੀ ਆਏ ਸੀ ਸਾਡੇ ਵੀ ਸ਼ਹਿਰ ਨੂੰ ਭਾਗ ਲਾਇਆ ਤੁਸੀਂ ਕਹਿ ਲਓ ਜੀ 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 ਮੈਂ ਥੋੜਾ ਤੇ ਬੋਲਿਆ ਵੀ ਸੀ ਥੋੜਾ ਜਿਹਾ ਮਿੰਟ ਲਈ ਮੈਨੂੰ ਮੌਕਾ ਮਿਲਿਆ ਸੀ ਪਰ ਜਦੋਂ ਵੀ ਆਓ ਤੁਸੀਂ ਫਰੋਮ ਈਸਟ ਵੈਸਟ ਟੂ ਈਸਟ ਔਰ ਵੈਸਟ ਟੂ ਈਸਟ ਜੀ ਤੇ ਜਰੂਰ ਇਥੇ ਸ਼ਿਰਕਤ ਕਰਿਆ ਕਰੋ ਨਹੀਂ ਬਿਲਕੁਲ ਅਸੀਂ ਜਿਸ ਤਰੀਕੇ ਨਾਲ ਸੋਚਿਆ ਸੀਗਾ ਕਿ ਫੀਨਿਕਸ ਦੇ ਵਿੱਚ ਗਰਮੀ ਹੁੰਦੀ ਹੈ ਲੇਕਿਨ ਸਾਨੂੰ ਸਾਡੇ ਭਾਈਚਾਰੇ ਦੇ ਵਿੱਚ ਗਰਮੀ ਵੇਖਣ ਨੂੰ ਨਹੀਂ ਮਿਲੀ ਇਹ ਗੱਲ ਅਸੀਂ ਜਰੂਰ ਕਵਾਂਗੇ ਗਰਮੀ ਨਹੀਂ ਹੈਗੀ ਉਹਨਾਂ ਮੌਸਮ ਤੇ ਜਰੂਰ ਨਹੀਂ ਆ ਪਰ ਇਟਸ ਨੋਟ ਅ ਬਿਗ ਡੀਲ ਬਟ ਮੈਨੂੰ ਨਰਮੀ ਜਰੂਰ ਵੇਖਣ ਨੂੰ ਮਿਲੀ ਜਿਸ ਜਿਸ ਗੱਲ ਦੇ ਅਸੀਂ ਫੈਨ ਹੋ ਗਏ ਹਾਂ ਜੀ ਜੀ ਨਹੀਂ ਭੈਣ ਜੀ ਵੀ ਪਹੁੰਚੇ ਇੱਥੇ ਉਹਨਾਂ ਦਾ ਵੀ ਸ਼ੁਕਰੀਆ ਕਰਦੇ ਆਂ ਵੀ ਚਲੋ ਭੈਣ ਜੀ ਪੈਣੀ ਸੰਧੂ ਵੀ ਨਾਲ ਆਏ ਜੀ ਤੁਸੀਂ ਵੀ ਆਏ ਰਿਆਰ ਸਾਹਿਬ ਸਾਰੇ ਆਏ ਤੇ ਆਪਣੇ ਵੀਰ ਮਾਰਕਟ ਸਾਹਿਬ ਨੇ ਕੀਤਾ ਸੀ ਇੱਥੇ ਪ੍ਰੋਗਰਾਮ ਜੀ 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 ਹਾਂ ਜੀ ਹਾਂ ਜੀ ਥੈਂਕ ਯੂ ਤੁਹਾਡਾ ਆਉਣ ਦਾ ਤੇ ਫਿਰ ਨੈਕਸਟ ਟਾਈਮ ਜਦੋਂ ਵੀ ਆਏ ਜਰੂਰ ਦਰਸ਼ਨ ਦਿਓ ਜੀ ਡੈਫੀਨੇਟਲੀ ਡੈਫੀਨੇਟਲੀ ਅਸੀਂ ਆਵਾਂਗੇ ਜਰੂਰ ਤੁਹਾਨੂੰ ਦੱਸਾਂਗੇ ਔਰ ਅਸੀਂ ਤੁਹਾਨੂੰ ਥੈਂਕ ਯੂ ਇਸ ਕਰਕੇ ਕਰਨਾ ਚਾਹੁੰਦੇ ਕਿਉਂਕਿ ਤੁਸੀਂ ਆਪਣੇ ਜਿਹੜੀ ਸਟੇਟ ਦੇ ਸਿਟੀ ਦੇ ਤੁਸੀਂ ਇਸ਼ੂ ਸਾਡੇ ਨਾਲ ਰੱਖੇ ਔਰ ਉਹ ਇਸ਼ੂਜ਼ ਜਦ ਸਾਡੀ ਕਮਿਊਨਿਟੀ ਦੇ ਵਿੱਚ ਗਏ ਤੇ ਮੈਨੂੰ ਲੱਗਦਾ ਕਿਥੇ ਨਾ ਕਿਥੇ ਉਹਦੀ سپورਟ ਵੀ ਤੁਹਾਨੂੰ ਜਰੂਰ ਮਿਲੇਗੀ अनन जी थैंक यू ਤੁਹਾਡੇ ਫਰੇ ਅਡਜਸਟ ਪੰਜਾਬੀ ਚਲੋ ਬਹੁਤ ਹੀ ਤਰੱਕੀਆਂ ਕਰੇ ਤੇ थैंक यू फॉर ਕਮਿੰਗ ਮਿਹਰਬਾਨੀ ਮਿਹਰਬਾਨੀ ਨੈਕਸਟ ਟਾਈਮ ਜਦੋਂ ਵੀ ਆਏ ਜਰੂਰ ਦਰਸ਼ਨ ਦਿਓ ਬਿਲਕੁਲ ਬਿਲਕੁਲ ਚਾਹਲ ਸਾਹਿਬ ਅਸੀਂ ਤੁਹਾਨੂੰ ਜਰੂਰ ਫੋਨ ਕਰ ਦਵਾਂਗੇ ਜਦ ਅਸੀਂ ਨੈਕਸਟ ਟਾਈਮ ਪਹੁੰਚਾਂਗੇ ਡੈਫੀਨੇਟਲੀ ਓਕੇ थैंक यू ਜੀ थैंक यू थैंक यू ਮਿਹਰਬਾਨੀ ਤੁਹਾਡੀ ਤੇ ਮੈਂ ਫਿਲਹਾਲ ਇੱਕ ਬ੍ਰੇਕ ਲਈ ਇੱਥੇ ਰੁਕ ਰਿਹਾ ਮੈਂ ਤੁਹਾਨੂੰ ਕੈਂਸਸ ਸਿਟੀ ਤੱਕ ਦਾ ਵੇਰਵਾ ਦੇ ਦਿੱਤਾ ਹੈ ਉਸ ਤੋਂ ਬਾਅਦ ਅਸੀਂ ਡੈਨਵਰ ਕੋਲੋਰੈਡੋ ਪਹੁੰਚੇ ਸੀਗੇ ਡੈਨਵਰ ਕੋਲੋਰੈਡੋ ਤੋਂ ਬਾਅਦ ਅਸੀਂ ਵਾਇਓਮਿੰਗ ਵਾਇਓਮਿੰਗ सोल्ट लेक सिटी यूटा हुए असी पहुँचे रीनो रीनो तो बाद असी पहुँचे थे सैक्रामेंटो सैक्रामेंटो तो बाद असी पहुँचे यूबा सिटी बे एरिया बे एरिया तो बाद फ्रेजनो फ्रेज़नो तो बाद बेकरस फील्ड तो बाद असी पहुँचे एल एलो तो बाद असी फीनकस एरीजोना फीनस एरीजोना होंदए असी पहुंचे टैक्सस टैक्ससो uh, तो बाद असी पहुँचे जी अटलांटा जॉर्जी मिसिसिपी अटलांटा जॉर्जिया उसद असी पहुंचे थे जी साउथ कैरलीना ਫਿਰ ਵਾਪਸ ਮੋੜ ਤੋਂ ਨਿਊਯਾਰਕ ਬਹੁਤ ਸਾਰੀਆਂ ਸਿਟੀ ਸੀਗੀਆਂ ਕਈ ਸਾਰੇ ਵੇਰਵੇ ਮੈਂ ਤੁਹਾਡੇ ਨਾਲ ਜਰੂਰ ਕਰਾਂਗਾ ਕਿਵੇਂ ਉੱਥੇ ਮੌਸਮ ਹੈ ਔਰ ਸਾਡੇ ਭਾਈਚਾਰੇ ਕੀ ਕਰਦਾ ਹੈ ਔਰ ਕਿਵੇਂ ਉਹਨਾਂ ਨੇ ਮੱਲਾ ਮਾਰੀਆਂ ਹਨ ਇਸ ਤਰਤੀ ਦੇ ਉੱਤੇ ਬ੍ਰੇਕ ਤੋਂ ਬਾਅਦ ਬ੍ਰੇਕ ਤੋਂ ਬਾਅਦ ਸਾਡੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਗਲ ਜਸ ਕ੍ਰਾਸ ਕੰਟਰੀ ਰੋਡ ਟ੍ਰਿਪ 2019 ਪਾਵਰਡ ਬਾਈ ਸਲਿੰਗ ਤੁਹਾਨੂੰ ਦੱਸ ਰਹੇ ਸੀਗੇ ਕਿ 20 ਸ਼ਹਿਰਾਂ ਦੇ ਵਿੱਚ ਅਸੀਂ ਪਹੁੰਚੇ ਸੀਗੇ ਕੈਂਸਰ ਤੋਂ ਬਾਅਦ ਸਾਡੀ ਗੱਡੀ ਜਾ ਕੇ ਰੁਕੀ ਡੈਨਵਰ ਕੋਲੋਰੈਡੋ ਜਿੱਥੇ ਸਾਡੇ ਭਾਈਚਾਰੇ ਵਾਲੋਂ ਬਹੁਤ ਹੀ ادب ਦੇ ਨਾਲ ਤੇ ਪਿਆਰ ਦੇ ਨਾਲ ਸਾਡਾ ਸਵਾਗਤ ਕੀਤਾ ਗਿਆ ਔਰ ਜਦ ਡੈਨਵਰ ਕੋਲੋਰੈਡੋ ਦੇ ਪਹਾੜਾਂ ਦੇ ਵਿੱਚ ਵਸਦੇ ਹੋਏ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਜਦ ਅਸੀਂ ਪਹੁੰਚੇ ਸੀਗੇ ਤਾਂ ਲਗਭਗ 400 ਕੁ ਫੈਮਿਲੀ ਇਸ ਗੁਰਦੁਆਰਾ ਸਾਹਿਬ ਦੇ ਨੇਬਰਹੂਡ ਦੇ ਵਿੱਚ ਵਸਦਿਆਂ ਹਨ ਬਹੁਤ ਹੀ ਸੋਹਣਾ ਸ਼ਹਿਰ ਔਰ ਬਹੁਤ ਹੀ ਸੋਹਣੇ ਢੰਗ ਦੇ ਨਾਲ ਔਰ ਬਹੁਤ ਹੀ ਵਧੀਆ ਢੰਗ ਦੇ ਨਾਲ ਗੁਰਦੁਆਰਾ ਸਾਹਿਬ ਦਾ ਨਿਰਮਾਣ ਕੀਤਾ ਗਿਆ ਜਿੱਥੇ ਮਾਨਵਤਾ ਦੇ ਸੁਨੇਹੇ ਨੂੰ ਮਾਨਵਤਾ ਦੀ ਗੱਲ ਕਰਨ ਵਾਲੇ ਬਾਬੇ ਨਾਨਕ ਨੂੰ ਯਾਦ ਵਿਕਰਦੇ ਹੋਈ ਸੰਗਤ ਨਜ਼ਰ ਆਈ ਮੈਂ ਆਪਣੀ ਟੈਕਨੀਕਲ ਟੀਮ ਨੂੰ ਦਰਖਾਸਤ ਕਰਾਂਗਾ ਕਿ ਡੈਨਵਰ ਕੋਲਰੈਡੋ ਦੇ ਉਹ ਜਿਹੜੇ ਇਮੇਜਸ ਹੈ ਵੀਡੀਓ ਦੇ ਵਿੱਚ ਉਹ ਜ਼ਰੂਰ ਵਿਖਾਏ ਜਾਣ ਸਾਡੇ ਦਰਸ਼ਕਾਂ ਨੂੰ ਕਿ ਕਿੰਨੇ ਸੋਨੇ ਢੰਗ ਦੇ ਨਾਲ ਗੁਰਦੁਆਰਾ ਸਾਹਿਬ ਦਾ ਜਿਹੜਾ ਨਿਰਮਾਣ ਕੀਤਾ ਗਿਆ ਜਿੱਥੇ ਗੁਰੂ ਸਾਹਿਬ ਦੇ ਫਲਸਫੇ ਨੂੰ ਮੁੱਖ ਰੱਖਦੇ ਹੋਏ ਸੰਗਤ ਨੇ ਆਪਣੇ ਦਿਲ ਦੇ ਵਿੱਚ ਇਸ ਗੱਲ ਨੂੰ ਜ਼ਰੂਰ ਰੱਖਿਆ ਔਰ ਦਿਨ ਉਸ ਦਿਨ ਬਹੁਤ ਹੀ ਸੋਨਾ ਸੀਗਾ ਥੋੜੀ ਜਿਹੀ ਜਿਹੜੀ ਧੁੱਪ ਸੀਗੀ ਉਹ ਨਿਕਲੀ ਹੋਈ ਸੀਗੀ ਲੇਕਿਨ ਤੁਸੀਂ ਵੇਖ ਸਕਦੇ ਹੋ ਇਹਨਾਂ ਤਸਵੀਰਾਂ ਦੇ ਵਿੱਚ ਕਿ ਕਿਵੇਂ ਗੁਰਦੁਆਰਾ ਸਾਹਿਬ ਦਾ ਜਿਹੜਾ ਨਿਰਮਾਣ ਹੈਗਾ ਉਹ ਪਹਾੜਾਂ ਦੇ ਵਿੱਚ ਜਿਹੜਾ ਕੀਤਾ ਗਿਆ ਔਰ ਤੁਸੀਂ ਵੇਖ ਸਕਦੇ ਹੋ ਕਿ ਪੂਰੇ ਨੇਬਰਹੂਡ ਦੇ ਵਿੱਚ ਕੋਈ ਹੋਰ ਬਿਲਡਿੰਗ ਤੁਹਾਨੂੰ ਨਹੀਂ ਦਿਸਦੀ ਹੋਈ ਨਜ਼ਰ ਆ ਰਹੀ ਲਗਭਗ 1000 ਕੂ ਗੱਡੀਆਂ ਜਿਹੜੀ ਪਾਰਕ ਕਰਨ ਦੀ ਉੱਥੇ ਫੈਸਿਲਿਟੀ ਹੈਗੀ ਹੈ ਔਰ ਪਾਈਚਾਰੇ ਦੇ ਵਿੱਚ ਉਹ ਜਜ਼ਬਾਤ ਕਾਇਮ ਸੀਗੇ ਸਿੱਖੀ ਸਿਧਾਂਤ ਵੇਖਣ ਨੂੰ ਮਿਲੇ ਜਿੱਥੇ ਉਹਨਾਂ ਨੇ ਸਿਰਫ ਇਸ ਗੱਲ ਦੇ ਉੱਤੇ ਜ਼ਰੂਰ ਧਿਆਨ ਦਿੱਤਾ ਕਿ ਕਿਵੇਂ ਗੁਰਦੁਆਰਾ ਸਹਿਬਾਨ ਦਾ ਸੀ ਨਿਰਮਾਣ ਤਾਂ ਕਰ ਲਿਆ ਲੇਕਿਨ ਇੱਥੇ ਅਸੀਂ ਆਪਣੇ ਬੱਚਿਆਂ ਨੂੰ ਲੈ ਕੇ ਕਿਵੇਂ ਆਈਏ ਤੇ ਸ਼ਬਦ ਕੀਰਤਨ ਦੇ ਨਾਲ-ਨਾਲ ਬੱਚਿਆਂ ਨੂੰ ਉੱਥੇ ਪੰਜਾਬੀ ਵੀ ਸਿਖਾਈ ਜਾਂਦੀ ਹੈ ਤੇ ਨਾਲ ਬੱਚਿਆਂ ਦੇ ਵਿੱਚ ਕਿਸ ਤਰੀਕੇ ਦਾ ਐਟੀਟਿਊਡ ਪੈਦਾ ਕਰਨਾ ਹੈ ਬਕਾਇਦਾ ਉੱਥੇ ਉਹ ਕਲਾਸਿਸ ਵੀ ਦਿੱਤੀਆਂ ਜਾਂਦੀਆਂ ਹਨ ਤਾਂ ਪ੍ਰਬੰਧਕਾਂ ਵੱਲੋਂ ਇਸ ਗੱਲ ਦਾ ਧਿਆਨ ਵੀ ਰੱਖਿਆ ਜਾ ਰਿਹਾ ਹੈ ਕਿ ਗੁਰੂ ਸਾਹਿਬ ਦੇ ਫਲਸਫੇ ਨੂੰ ਵੀ ਬੱਚਿਆਂ ਤੱਕ ਪਹੁੰਚਾਇਆ ਜਾਵੇ ਉਸ ਤੋਂ ਬਾਅਦ ਟੀਮ ਸਾਡੀ ਰੀਨੋ ਪਹੁੰਚੀ ਸੀਗੀ ਡੈਨਵਰ ਕੋਲੋਰادو ਜੀ ਮੈਂ ਤੁਹਾਨੂੰ ਦੱਸ ਦਵਾਂ ਕਿ ਉੱਥੇ ਕਾਰੋਬਾਰ ਜਿਹੜੇ ਸਾਡੇ ਪੰਜਾਬੀ ਭਰਾਵਾਂ ਦੇ ਹਨ ਉੱਥੇ ਲਗਭਗ ਸਰਦੀ ਜ਼ਿਆਦਾ ਹੀ ਵੇਖਣ ਨੂੰ ਮਿਲਦੀ ਹੈ ਔਰ ਸਿਆਲਾਂ ਦੇ ਵਿੱਚ ਉੱਥੇ 스ਨੋ ਵੀ ਜ਼ਿਆਦਾ ਪੈਂਦੀ ਹੈ ਦੇ ਨਾਲ ਇਹ ਵੀ ਮੈਂ ਤੁਹਾਨੂੰ ਦੱਸ ਦਵਾਂ ਕਿ ਇਸ ਦੇ ਬਾਵਜੂਦ ਵੀ ਪੰਜਾਬੀਆਂ ਨੇ ਉੱਥੇ ਆਪਣੇ ਕਾਰੋਬਾਰ ਨੂੰ ਸਟੈਂਡ ਕਰਕੇ ਇੱਕ ਪ੍ਰੋਗਰੈਸਿਵ ਤਰੀਕੇ ਨਾਲ ਅੱਗੇ ਵਧਦੇ ਹੋਏ ਸਾਨੂੰ ਵੇਖਣ ਨੂੰ ਵੀ ਮਿਲੇ ਜਿੱਥੇ ਸਾਡੇ ਪੰਜਾਬੀ ਭਰਾ ਉੱਥੇ ਗੈਸ ਸਟੇਸ਼ਨਸ ਗਰੋਸਰੀ ਸਟੋਰਸ ਰੈਸਟੋਰੈਂਟ ਹੋਟਲ ਦੇ ਨਾਲ ਟਰੱਕਿੰਗ business ਦੇ ਵਿੱਚ ਮੱਲਾ ਮਾਰ ਕੇ ਡੈਨਵਰ ਕੋਲੋਰੈਡੋ ਵਿੱਚ ਉਹ ਵਸੇ ਹੋਏ ਹਨ ਉਸ ਤੋਂ ਬਾਅਦ ਸਾਡੀ ਟੀਮ ਪਹੁੰਚੀ ਜੀ ਅਸੀਂ ਪਹੁੰਚਣਾ ਸੀਗਾ ਸੌਲ ਲੇਕ ਸਿਟੀ ਦੇ ਯੂਟਾ ਲੇਕਨ ਮੌਸਮ ਨੇ ਸਾਡਾ ਸਾਥ ਨਹੀਂ ਦਿੱਤਾ ਜਿਸ ਕਰਕੇ ਅਸੀਂ ਆਪਣਾ ਸਟਾਪ ਯੂਟਾ ਸੌਲ ਲੇਕ ਸਿਟੀ ਵਿਖੇ ਨਹੀਂ ਦੇ ਸਕੇ ਲੇਕਿਨ ਸਾਡੀ ਟੀਮ ਰੀਨੋ ਪਹੁੰਚ ਕੇ ਪਾਈਚਾਰੇ ਦੇ ਨਾਲ ਰੂਬਰੂ ਹੋਈ ਜਿੱਥੇ ਅਸੀਂ ਰੀਨੋ ਵਿਖੇ ਮੁੱਦਾ ਪ੍ਰੋਗਰਾਮ ਕਰਕੇ ਉਹਨਾਂ ਦੇ ਜਜ਼ਬਾਤ ਉਹਨਾਂ ਦੇ ਵਿਚਾਰ ਔਰ ਉਹਨਾਂ ਦੇ ਪ੍ਰतिकਰਮ ਜਾਣਨ ਦੀ ਕੋਸ਼ਿਸ਼ ਕੀਤੀ ਗੁਰੂ ਸਾਹਿਬ ਦੇ ਫਲਸਫੇ ਨੂੰ ਵੀ ਉਹਨਾਂ ਨੇ ਰੀਨੋ ਵਿਖੇ ਕਾਇਮ ਕਰਕੇ ਰੱਖਿਆ ਹੋਇਆ ਜਿੱਥੇ ਸਾਡੇ ਭਰਾ ਟਰਕਿੰਗ ਬਿਜ਼ਨਸ ਹੋਟਲ ਰੈਸਟੋਰੈਂਟ ਮੈਂ ਉਹਨਾਂ ਬਿਜ਼ਨਸ ਨੂੰ ਮੁੜ ਤੋਂ ਰਿਪੀਟ ਕਰ ਰਹੇ ਹਾਂ ਕਿਉਂਕਿ ਸਾਡੇ ਪੰਜਾਬੀ ਭਰਾਵਾਂ ਨੇ ਇਹਨਾਂ ਹੀ ਬਿਜ਼ਨੈਸਸ ਨੂੰ ਐਸਟੈਬਲਿਸ਼ ਕੀਤਾ ਹੋਇਆ ਹੈ ਔਰ ਇਹਨਾਂ ਬਿਜ਼ਨੈਸਸ ਵਿੱਚ ਹੀ ਉਹ ਵਕਵਕ ਸਿਟੀਜ਼ ਦੇ ਵਿੱਚ ਜਾ ਕੇ ਵਸੇ ਹਨ ਮੁੱਖ ਤੌਰ ਦੇ ਉੱਤੇ ਇੱਥੇ ਸਾਨੂੰ ਕਈ ਸਾਰੇ ਜਿਹੜੇ ਨਿੱਜੀ ਕੰਪਨੀਆਂ ਦੇ ਨਾਲ ਕੰਮ ਕਰਦੇ ਹਨ ਰੀਨੋਵਿਕੇ ਉਹ ਵੀ ਸਾਨੂੰ ਵੇਖਣ ਨੂੰ ਮਿਲੇ ਫਿਰ ਉਸ ਤੋਂ ਬਾਅਦ ਸਾਡੀ ਟੀਮ ਸੈਕਰਮੈਂਟੋ ਜਾ ਕੇ ਰੁਕੀ ਕੈਲੀਫੋਰਨੀਆ ਵਿਖੇ ਜਦ ਸੈਕਰਮੈਂਟੋ ਦੀ ਮੈਂ ਗੱਲ ਕਰਦਾ ਤਾਂ ਸਾਡੇ ਭਰਾਵਾਂ ਨੇ ਬਹੁਤ ਹੀ ਮੱਲਾ ਮਾਰੀਆਂ ਜਿੱਥੇ ਸਾਡੇ ਬਿਊਰੋ ਚੀਫ ਜਗਤਾਰ ਜੱਗੀ ਵੀ ਬਕਾਇਦਾ ਤੌਰ ਦੇ ਉੱਤੇ ਮੌਜੂਦ ਸੀ ਕਿ ਜਿਨ੍ਹਾਂ ਨੇ ਸਾਡੀ ਪੂਰੀ ਟੀਮ ਦਾ ਵੈਲਕਮ ਕੀਤਾ ਔਰ ਪੰਜਾਬੀ ਢਾਵੇ ਦੇ ਵਿੱਚ ਜਦ ਅਸੀਂ ਰੋਟੀ ਦੇ ਸੁਆਦ ਦੇ ਨਾਲ ਨਾਲ ਉੱਥੇ ਦੇ ਭਾਈਚਾਰੇ ਦੇ ਗੱਲਾਂ ਦਾ ਵੀ ਸੁਆਦ ਲਿੱਤਾ ਤਾਂ ਸਾਨੂੰ ਵਾਕੇ ਹੀ ਜ਼ਮੀਨੀ ਪੱਧਰ ਤੇ ਪਤਾ ਚੱਲਿਆ ਇਸ ਸੈਕ੍ਰਮੈਂਟੋ ਵਿਖੇ ਕਿਵੇਂ ਸਾਡੇ ਭਾਈਚਾਰੇ ਜਿਹੜੇ ਨੇ ਉਹ ਮੱਲਾ ਮਾਰ ਰਹੇ ਹਨ ਕਿਸਾਨੀ ਦੇ ਵਿੱਚ ਤੇ ਨਾਲ ਟਰੱਕਿੰਗ ਬਿਜ਼ਨਸ ਦੇ ਵਿੱਚ ਤੇ ਨਾਲ ਕਈ ਹੋਰ ਸਾਰੇ ਕਾਰੋਬਾਰਾਂ ਦੇ ਵਿੱਚ ਫਿਲਹਾਲ ਮੈਂ ਇੱਕ ਬ੍ਰੇਕ ਲਈ ਇੱਥੇ ਰੁਕ ਰਹੇ ਹਾਂ ਜੇਕਰ ਤੁਸੀਂ ਆਪਣੇ ਕੋਈ ਵਿਚਾਰ ਮੈਨੂੰ ਭੇਜਣਾ ਚਾਹੁੰਦੇ ਹੋ ਮੈਨੂੰ ਈਮੇਲ ਕਰ ਸਕਦੇ ਹੋ harkeerit@justbroadcasting.com info@justbroadcasting.com ਜੇਕਰ ਇਸ ਰੋਡ ਟ੍ਰਿਪ ਦੇ ਦੌਰਾਨ ਸਾਡੀ ਮੁਲਾਕਾਤ ਤੁਹਾਡੇ ਨਾਲ ਹੋਈ ਸਗੀ ਤਾਂ ਤੁਸੀਂ ਮੈਨੂੰ ਇਸ ਹੇਠ ਲਿਖੇ ਨੰਬਰ ਦੇ ਉੱਤੇ ਕਾਲ ਕਰਕੇ ਵੀ ਆਪਣੇ ਵਿਚਾਰ ਨੈਕਸਟ ਸੈਗਮੈਂਟ ਦੇ ਵਿੱਚ ਦੇ ਸਕਦੇ ਹੋ ਫਿਲਹਾਲ ਰੁਕ ਰਹੇ ਹਾਂ ਇੱਕ ਬ੍ਰੇਕ ਲਈ ਮਿਲਦੇ ਹਾਂ ਬ੍ਰੇਕ ਤੋਂ ਬਾਅਦ ਦਸ ਇਸ ਸ਼ੋਰ ਦੇ ਅਖੀਰਲੇ ਸੈਗਮੈਂਟ ਦੇ ਵਿੱਚ ਜਸ ਕ੍ਰਾਸ ਕੰਟਰੀ ਰੋਡ ਟ੍ਰਿਪ 2019 ਪਾਵਰਡ ਬਾਈ ਸਲਿੰਗ ਦੇ ਉੱਤੇ ਅਸੀਂ ਵਿਚਾਰ ਕਰ ਰਹੇ ਸੀਗੇ ਤਾਂ ਸੈਕਰਮੈਂਟੋ ਦੇ ਬਾਅਦ ਸਮਾਸੀਗਾ ਯੂਬਾ ਸਿਟੀ ਵਿਖੇ ਹਰ ਸਾਲ ਨਗਰ ਕੀਰਤਨ ਗੁਰਦੁਆਰਾ ਸਾਹਿਬਾਨ ਵਿਖੇ ਜਿਹੜਾ ਕੜਿਆ ਜਾਂਦਾ 40th ਸਿੱਖ ਡੇਪਰੇਡ ਐਨੂ ਅਸੀਂ ਕਹਿ ਸਕਦੇ ਹਾਂ ਜਿਹੜੀ ਬਕਾਇਦਾ ਤੌਰ ਦੇ ਉੱਤੇ ਯੂਬਾ ਸਿਟੀ ਵਿਖੇ ਵੇਖਣ ਨੂੰ ਮਿਲੀ ਵੱਡੀ ਗਿਣਤੀ ਦੇ ਵਿੱਚ ਸੰਗਤ ਨੇ ਪਹੁੰਚ ਕੇ ਗੁਰੂ ਨਾਨਕ ਦੇਵ ਜੀ ਦੇ 550 ਪ੍ਰਕਾਸ਼ ਪੁਰਬ ਨੂੰ ਸਮਰਪਿਤ ਇਸ ਨਗਰ ਕੀਰਤਨ ਦੇ ਵਿੱਚ ਆ ਕੇ ਸ਼ਮੂਲੀਅਤ ਕੀਤੀ ਗੁਰੂ ਸਾਹਿਬ ਦਾ ਆਸ਼ੀਰਵਾਦ ਲੈਂਦੇ ਹੋਏ ਉਸ ਫਲਸਫੇ ਦੇ ਵਿੱਚ ਅੱਗੇ ਵਧਦੇ ਹੋਏ ਗੁਰਦੁਆਰੇ ਦੇ ਪ੍ਰਬੰਧਕਾਂ ਵੱਲੋਂ ਵੀ ਪੁਖਤਾ ਇੰਤਜ਼ਾਮ ਇਸ ਪ੍ਰੀਡ ਦੇ ਵਿੱਚ ਨਗਰ ਕੀਰਤਨ ਦੇ ਵਿੱਚ ਕੀਤੇ ਗਏ ਸੀਗੇ ਔਰ ਜੇਕਰ ਅਸੀਂ ਇਤਿਹਾਸ ਕੱਢ ਲਈਏ ਇਸ ਨਗਰ ਕੀਰਤਨ ਦਾ ਤਾਂ ਸਿਰਫ ਵੈਸਟ ਕੋਸਟ ਤੋਂ ਹੀ ਨਹੀਂ ਸਗੋ ਈਸਟ ਕੋਸਟ ਤੋਂ ਪੂਰੇ ਨੇਸ਼ਨ ਵਾਈਡ ਤੋਂ ਔਰ ਨਾਲ ਗੁਆਂਡੀ ਮੁਲਕ ਕੈਨੇਡਾ ਤੋਂ ਤੇ ਨਾਲ ਪੂਰੇ ਹੀ ਵਿਸ਼ਵ ਤੋਂ ਅਸੀਂ ਕਹਿ ਸਕਦੇ ਹਾਂ ਕਿ ਇੱਥੇ ਸੰਗਤ ਆ ਕੇ ਨਤਮਸਤਕ ਹੁੰਦੀ ਹੈ ਔਰ ਇਸ ਨਗਰ ਕੀਰਤਨ ਦਾ ਹਿੱਸਾ ਬਣਦੀ ਹੈ ਜਸ ਪੰਜਾਬੀ ਨੇ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਇਹਦਾ ਵਿਸ਼ੇਸ਼ ਪ੍ਰਸਾਰਣ ਟੀਵੀ ਦੇ ਉੱਤੇ ਬਕਾਇਦਾ ਤੌਰ ਤੇ ਉੱਤੇ ਵਿਖਾਇਆ ਸੀਗਾ 1 2 3 ਯਾਨੀ ਕਿ ਫਰਡੇ ਸੈਟਰਡੇ ਸੰਡੇ ਜਿੱਥੇ ਸਾਡੀ ਟੀਮ ਨੇ ਪਲ-ਪਲ ਦੀ ਜਾਣਕਾਰੀ ਹਰ ਇੱਕ ਐਂਗਲ ਨੂੰ ਔਰ ਹਰ ਇੱਕ ਤਸਵੀਰ ਨੂੰ ਪਰਦੇ ਦੇ ਉੱਤੇ ਲਿਓ ਹੋਣ ਦੀ ਸਾਡੀ ਤਜ਼ਵੀਜ਼ ਜਦ ਅਸੀਂ ਆਪਣਾ ਰੋਡ ਟ੍ਰਿਪ ਸ਼ੁਰੂ ਕੀਤਾ ਸੀਗਾ ਪਹਿਲਾਂ ਹੀ ਰਖ ਲਈ ਸੀਗੀ ਔਰ ਅਸੀਂ ਕੋਸ਼ਿਸ਼ ਵੀ ਕੀਤੀ ਕਿ ਤੁਹਾਨੂੰ ਹਰ ਉਸ ਤਸਵੀਰ ਦੇ ਨਾਲ ਅਸੀਂ ਮਿਲਵਾਈਏ ਮੁਖਾਤਬ ਕਰਵਾਈਏ ਜੋ ਕਿ ਯੂਬਾ ਸਿਟੀ ਦੀ ਇਸ ਪਰੇਡ ਦੇ ਉੱਤੇ ਸਾਨੂੰ ਵੇਖਣ ਨੂੰ ਮਿਲਿਆ ਉਸ ਤੋਂ ਬਾਅਦ 베ਰੀਆ ਫਰੇਸਨੋ ਬੇਕਰਸਫੀਲਡ ਕੈਲੀਫੋਰਨੀਆ ਵਿਕੇਸੀ ਵਕਵਕ ਸਿਟੀਆਂ ਦੇ ਵਿੱਚ ਜਾ ਕੇ ਮੋਦਾ ਪ੍ਰੋਗਰਾਮ ਪਾਈਚਾਰੇ ਦੇ ਨਾਲ ਕੀਤਾ ਜਿੱਥੇ ਟਰਕਿੰਗ ਬਿਜ਼ਨਸ ਦੇ ਨਾਲ ਨਾਲ ਕਈ ਹੋਰ ਕਾਰੋਬਾਰ ਦੇ ਵਿੱਚ ਮੱਲਾ ਮਾਰ ਕੇ ਸਾਡੇ ਪੰਜਾਬੀ ਭਰਾਵਾਂ ਨੇ ਦੱਸਿਆ ਕਿ ਅਸੀਂ ਬਿਲਕੁਲ ਵਚਨਬੰਦਾ ਕਿ ਅਸੀਂ ਗੁਰੂ ਸਾਹਿਬ ਦੇ ਫਲਸਫੇ ਨੂੰ ਅੱਗੇ ਰੱਖ ਸਕੀਏ ਔਰ ਆਉਣ ਵਾਲੀ ਜਨਰੇਸ਼ਨ ਨੂੰ ਅਸੀਂ ਲਰਨਿੰਗ ਦੇ ਸਕੀਏ ਉਹਨਾਂ ਨੂੰ ਅਸੀਂ ਗਾਈਡੈਂਸ ਦੇ ਸਕੀਏ ਜੋ ਉਹਨਾਂ ਨੇ ਲੰਬੇ ਸਮੇਂ ਤੋਂ ਕੈਲੀਫੋਰਨੀਆ ਵਿਖੇ ਆਪਣਾ ਐਕਸਪੀਰੀਅੰਸ ਸਾਨੂੰ ਦੱਸਦੇ ਹੋ ਉਹਨਾਂ ਨੇ ਕਿਹਾ ਕਿ ਹੁਣ ਅਸੀਂ ਇਹ ਐਕਸਪੀਰੀਅੰਸ ਆਪਣੇ ਬੱਚੇ ਨੂੰ ਦੱਸਣਾ ਚਾਹੁੰਦੇ ਆ ਕੈਲੀਫੋਰਨੀਆ ਦਾ ਮੌਸਮ ਜਿਹੜਾ ਹੈਗਾ ਉਹ ਤੁਹਾਨੂੰ ਪਤਾ ਹੀ ਹੈਗਾ ਕਿ ਉੱਥੇ ਜਿਹੜਾ ਕਲਾਈਮੇਟ ਹਿਊਮਿਡ ਰਹਿੰਦਾ ਉਥੇ ਨਰਮੀ ਵੇਖਣ ਨੂੰ ਮਿਲਦੀ ਹੈ ਔਰ ਮੈਕਸਿਮਮ ਜਿਹੜਾ ਕਲਾਈਮੇਟ ਹੈ ਉਹ ਸਮਰ ਦੇ ਵਿੱਚ ਜਿਹੜਾ ਕਲਾਈਮੇਟ ਸਾਨੂੰ ਵੇਖਣ ਨੂੰ ਮਿਲਦਾ ਨਿਊਯਾਰਕ ਦੇ ਵਿੱਚ ਉਹ ਹੀ ਕਲਾਈਮੇਟ ਉਥੇ 12 ਮਹੀਨੇ ਰਹਿੰਦਾ ਉਥੇ ਜ਼ਿਆਦਾ ਸਰਦੀ ਨਹੀਂ ਪੈਂਦੀ ਉਸ ਤੋਂ ਬਾਅਦ ਸਾਡੀ ਟੀਮ ਪਹੁੰਚੀ ਫੀਨਿਕਸ ਅਰੀਜ਼ੋਨਾ ਫੀਨਿਕਸ ਅਰੀਜ਼ੋਨਾ ਤੇ ਨਾਲ ਹੀ ਟੈਕਸਸ ਦੋਵਾਂ ਸਟੇਟਾਂ ਦੇ ਵਿਚਕਾਰ ਸਾਨੂੰ ਮੈਕਸੀਕੋ ਬਾਰਡਰ ਵੀ ਵੇਖਣ ਨੂੰ ਮਿਲਿਆ ਜਿੱਥੇ ਇਸ ਦੇਸ਼ ਦੇ ਰਾਸ਼ਪਤੀ ਡੋਨਲਡ 트ੰਪ ਨੇ ਤਜ਼ਵੀਜ਼ ਰੱਖੀ ਸੀ ਕਿ ਉਹ ਦੀਵਾਰ ਖੜੀ ਕਰਨਾ ਚਾਹੁੰਦੇ ਹਨ ਲੇਕਿਨ ਉਹ ਦੀਵਾਰ ਤੱਕ ਖੜੀ ਨਹੀਂ ਕਰ ਸਕੇ ਲੇਕਿਨ ਅਸੀਂ ਉਸ ਬਾਰਡਰ ਨੂੰ ਵਿਖਣ ਦੇ ਵਿੱਚ ਕਾਮਯਾਬ ਵੀ ਹੋਏ ਭਾਵੇਂ ਉਹ ਬਾਰਡਰ ਦੋਵਾਂ ਮੁਲਕਾਂ ਦੇ ਵਿਚਕਾਰ ਮੈਕਸੀਕੋ ਦਾ ਬਾਰਡਰ ਸੀਗਾ ਲੇਕਿਨ ਫੀਨਿਕਸ ਐਰੀਜ਼ੋਨਾ ਦੇ ਵਿੱਚ ਭਾਈਚਾਰੇ ਔਰ ਟੈਕਸਸ ਦੇ ਵਿੱਚ ਵਸਦੇ ਭਾਈਚਾਰੇ ਦੇ ਵਿੱਚ ਸਾਨੂੰ ਕੋਈ ਦੀਵਾਰ ਨਜ਼ਰ ਨਹੀਂ ਆਈ ਬਲਕਿ ਮੈਂ ਇਹ ਵੀ ਕਹਾਂਗਾ ਕਿ ਰੋਡ ਟ੍ਰਿਪ ਦੇ ਦੌਰਾਨ ਸਾਨੂੰ ਕਿਸੇ ਵੀ ਸਿਟੀ ਦੇ ਵਿੱਚ ਦੀਵਾਰ ਨਜ਼ਰ ਨਹੀਂ ਆਈ। ਉਹ ਇਸ ਦੀਵਾਰ ਨੂੰ ਤੋੜਦੇ ਹੋਏ ਸਾਡੇ ਭਰਾਵਾਂ ਨੇ ਅੱਜ ਮੱਲਾ ਮਾਰ ਕੇ ਸਾਡਾ ਨਾਂ ਰੋਸ਼ਨ ਤੇ ਕੀਤਾ ਹੀ ਸਗੋਂ ਇਸ ਦੇਸ਼ ਦੇ ਵਿੱਚ ਇਸ ਦੇਸ਼ ਨੂੰ ਅੱਗੇ ਲਿਜਾਉਣ ਦੇ ਵਿੱਚ ਰੈਵਨਿਊ ਦੇ ਵਿੱਚ ਟੈਕਸ ਪੇ ਕਰਦੇ ਹੋਏ ਸਾਡੀ ਕਮਿਊਨਿਟੀ ਦਾ ਨਾਂ ਵੀ ਰੋਸ਼ਨ ਕੀਤਾ। ਉਸ ਤੋਂ ਬਾਅਦ ਅਸੀਂ ਟੈਕਸਾਸ ਤੋਂ ਹੁੰਦੇ ਹੋਏ ਅਸੀਂ ਪਹੁੰਚੇ ਮਿਸਿਸਿਪੀ ਜਿੱਥੇ ਅਸੀਂ ਵਕ ਵਕ ਕਾਰੋਬਾਰੀਆਂ ਨਾਲ ਮਿਲੇ ਔਰ ਉਥੇ ਅਸੀਂ ਭਰਾਵਾਂ ਦੇ ਨਾਲ ਗੱਲਾਂ ਬਾਤਾਂ ਕਰਕੇ ਇਹ ਜਾਣਨ ਦੀ ਕੋਸ਼ਿਸ਼ ਕੀਤੀ ਕਿ ਕਿਵੇਂ ਮਿਸਿਸਿਪੀ ਵਿਖੇ ਵੀ ਅਸੀਂ ਆਪਣੀ ਪਛਾਣ ਬਣਾਈ ਹੋਈ ਹੈ 250 300 ਪਰਿਵਾਰ ਸਾਨੂੰ ਮਿਸਿਸਿਪੀ ਦੇ ਵਿੱਚ ਕਿਹਾ ਗਿਆ ਕਿ ਉਥੇ ਰਹਿੰਦਾ ਹੈ ਉਸ ਤੋਂ ਬਾਅਦ ਸਾਡੀ ਟੀਮ ਮਿਸਿਸਿਪੀ ਤੋਂ ਹੁੰਦੇ ਹੋਏ ਐਟਲੰਟਾ ਜਾਰਜੀਆ ਪਹੁੰਚੀ ਜਿੱਥੇ ਅਸੀਂ ਐਟਲੰਟਾ ਜਾਰਜੀਆ ਵਿਖੇ ਸੰਗਤ ਦੇ ਰੂਬਰੂ ਹੋਏ ਗੁਰਦੁਆਰਾ ਸਾਹਿਬ ਵਿਖੇ ਅਸੀਂ ਉੱਥੇ ਮੁੱਦਾ ਪ੍ਰੋਗਰਾਮ ਕੀਤਾ ਜਿੱਥੇ ਗੁਰੂ ਸਾਹਿਬ ਦੇ ਫਲਸਫੇ ਨੂੰ ਬੱਚਿਆਂ ਦੇ ਵਿੱਚ ਕਾਇਮ ਰੱਖਣ ਦੇ ਲਈ ਉੱਥੇ ਦੀ ਟੀਮ ਉੱਥੇ ਦੇ ਪ੍ਰਬੰਧਕ ਵਚਨਬੰਦ ਹੋਏ ਤੇ ਉਸ ਤੋਂ ਬਾਅਦ ਸਾਡੀ ਟੀਮ ਸਾਊਥ ਕੈਰੋਲਿਨਾ ਪਹੁੰਚੀ ਸਾਊਥ ਕੈਰੋਲਿਨਾ ਵਿੱਚ ਵੀ ਅਸੀਂ ਉਹ ਜਜ਼ਬਾਤ ਉਹ ਸਾਰੀ ਗੱਲਾਂ ਨੂੰ ਅਸੀਂ ਜ਼ਮੀਨੀ ਪੱਧਰ ਤੇ ਵੇਖਿਆ ਕੁੱਲ ਮਿਲਾ ਕੇ ਅਗਰ ਮੈਂ ਤੁਹਾਨੂੰ ਇਹਨਾਂ ਸਾਰੀ ਸਿਟੀਜ਼ ਦਾ ਵੇਰਵਾ ਦਵਾਂ ਅਹਿਮ ਗੱਲ ਸਾਨੂੰ ਜਿਹੜੀ ਜਾਣਨ ਨੂੰ ਮਿਲੀ ਸਿੱਖਣ ਨੂੰ ਮਿਲੀ ਕਿ ਵਾਕਈ ਹੀ ਅਸੀਂ ਚਾਹੁੰਦੇ ਹਾਂ ਸਾਡੇ ਮਨ ਦੇ ਵਿੱਚ ਜ਼ਰੂਰ ਸਤਕਾਰ ਹੈਗਾ ਸਾਡੇ ਗੁਰੂ ਸਾਹਿਬਾਨਾਂ ਦੇ ਲਈ ਸਾਡੇ ਧਰਮ ਦੇ ਪ੍ਰਤੀ ਸਾਡੇ ਕੌਮ ਦੇ ਪ੍ਰਤੀ ਪੰਥਕ ਮਸਲੇ ਵੀ ਅਸੀਂ ਜਾਣਦੇ ਹਾਂ ਲੇਕਿਨ ਮੈਂ ਇਸ ਗੱਲ ਦੇ ਵਿੱਚ ਕਹਿਣ ਨੂੰ ਨਹੀਂ ਕਤਰਾਵਾਂਗਾ ਕਿ ਸਾਨੂੰ ਗਾਈਡ ਕਰਨ ਵਾਲਾ ਅਜੇ ਤੱਕ ਕੋਈ ਨਹੀਂ ਮਿਲਿਆ ਜੋ ਕਿ ਸਾਨੂੰ ਵੱਖ-ਵੱਖ ਸिटीज ਦੇ ਵਿੱਚ ਜਾ ਕੇ ਗਾਈਡ ਕਰ ਸਕੇ ਔਰ ਗਾਈਡ ਕਰਨ ਦੇ ਨਾਲ ਉਹ ਇੱਕ ਰੋਡ ਮੈਪ ਸਾਨੂੰ ਦੇ ਸਕੇ ਅਸੀਂ ਇੱਕ ਦਿਨ ਇਕੱਠੇ ਹੋਨੇ ਆ ਦੂਜੇ ਦਿਨ ਅਸੀਂ ਇੱਧਰ-ਉੱਧਰ ਹੋ ਜਾਂਦੇ ਆ ਇੱਧਰ-ਉੱਧਰ ਹੋਏ ਹੋਿਆਂ ਨੂੰ ਫਿਰ ਇੱਕ ਪਾਸੇ ਲੈਉਣ ਦੀ ਕੋਸ਼ਿਸ਼ ਜੇਕਰ ਕੋਈ ਕਰ ਲਵੇ ਤਾਂ ਮੈਨੂੰ ਲੱਗਦਾ ਕਿ ਸਿਰਫ 20 ਸ਼ਹਿਰ ਹੀ ਨਹੀਂ ਸਗੋਂ ਇਸ ਵਿਸ਼ਵ ਦੇ ਵਿੱਚ ਵਸਦੇ ਹੋਏ ਹਰ ਉਸ ਭਰਾ ਨੂੰ ਅਸੀਂ ਇੱਕ ਨਿਸ਼ਾਨ ਸਾਹਿਬ ਦੇ ਥੱਲੇ ਖੜਾ ਕਰ ਸਕਦੇ ਹਾਂ ਢੂੰਡ ਰਹੇ ਹਾਂ ਉਸ ਲੀਡਰ ਨੂੰ ਢੂੰਡ ਰਹੇ ਹਾਂ ਉਸ ਅਦਾਰੇ ਨੂੰ ਜੋ ਕਿ ਸਾਨੂੰ ਮੈਂ ਕਰਕੇ ਵਿਖਾਵੇ ਢੂੰਡ ਰਹੇ ਹਾਂ ਅਸੀਂ ਉਸ ਮਾਨਸਿਕਤਾ ਵਾਲੇ ਵਿਅਕਤੀ ਨੂੰ ਜੋ ਕਿ ਸਿਰਫ ਕੌਮ ਦੀ ਚੜ੍ਹਦੀ ਕਲਾ ਔਰ ਕੌਮ ਨੂੰ ਅੱਗੇ ਲਿਜਾਉਣ ਦੀ ਗੱਲ ਕਰ ਸਕੇ ਜੇਕਰ ਇਸ ਟ੍ਰਿਪ ਦੇ ਦੌਰਾਨ ਸਾਡੇ ਕਿਸੇ ਵੀ ਟੀਮ ਮੈਂਬਰ ਤੋਂ ਜਾਂ ਫਿਰ ਸਾਡੇ ਤੋਂ ਕੋਈ ਗਲਤੀ ਹੋਈ ਹੋਣੀ ਹੈ ਤੇ ਜਰੂਰ ਤੁਸੀਂ ਸਾਨੂੰ ਮਾਫ ਕਰਿਓ ਔਰ ਜੇਕਰ ਤੁਹਾਨੂੰ ਕੋਈ ਵੀ ਸਵਾਲ ਲੱਗਦਾ ਹੈ ਤੇ ਤੁਸੀਂ ਜਰੂਰ ਮੈਨੂੰ ਈਮੇਲ ਵੀ ਕਰ ਸਕਦੇ ਹੋ info@ जस ब्रॉडकास्टिंग डॉट कॉम हरकीरत एट जस ब्रॉडकास्टिंग डॉट कॉम के जल्द ही असी बनावे एक नवा प्लैन करा एक नवे ट्रिप की तैयारी और आवांगे थोड़े शहर और आच्छे थोड़े मसले क्योंकि यही तो है अज का मुद्दा धन्यवाद सत श्री अकाल